जी अस्सलाम वालेकुम जी, पिजन एंकर जदी मलिक डायरेक्टर पिजन गैलरी फैसलाबाद थोड़े नाल लाइव है जी। इस वक्त हस्पे वादा हांगकांग छत ते अज तकरीबे रस्मे खिलाफत दे सिलसिले च हाजिर होए सी। मियां बरादरां ने इस वक्त साढ़े नाल ने जी, तुहानू कोई जौक शौक भी करवाने इस हवाले नाल कबूतरां दा। इस वक्त मेरा भरा जनाब सुहेल भाई भी 212 वाले भी मेरे नाल ने जी, ते कोशिश करते हैं तुहानू कि अच्छे बर्ड अज उन्हां दे दिखाए जाण जिहड़े अच्छी कारकर्दगी रही है छत्त दे हवाले नाल। देखा जाए तो इत्थे छत्त दा मावत जनाब मुहम्मद तारक डॉन साहब, मियाँ साहब, मियाँ हफीज साहब भी बैठे हुए हैं, तो मियाँ हबीब साहब भी दोनों भाई बैठे हुए हैं। फैसल भाई तो आके वापस चल गए हैं, लेकिन उन्होंने मुलाकात नहीं हो सकी। अज का एपीसोड जोड़ा खसूसन तो वैसे रस्म खिलाफत के हवाले ना लिखा जाता है जी। लो जी दोस्तों ए फिर चलता सिलसिला जी। हाँ जी अस्सलाम जी। जी लो जी दोस्तों इस वक्त जी मियाँ फैसल साहब के वड्डे भाई जी, मियाँ हबीब साहब जी, तो मियाँ हफीज साहब वाइट सूट वाले के नाल दोस्त उन्होंने आए बैठे हुए हैं। दोस्तों मैं चाहना कि कोई ना गपशप इन्हों कबूतरबाज के हवाले ना की जाए। इस सिलसिले जोड़ा इस मौसम जो रहा ना इस सीजन जोड़ा से काफ़ी अच्छी कारकर्दगी जी ना देखने चाहिए जी छत के हवाले। अज की तकरीब जी है मियाँ हबीब साहब तारक साहब न अपनी खिलाफत देंगे इंशाअल्लाह ताला जी। तारक भाई तो मियाँ साहब किहड़े साहब नूं शौक करवा रहे हो जी? जी मियाँ, मियाँ साहब जी, मियाँ साहब देखो ताड़ी आ छत की ना अच्छी रही है। हाँ जी माशाल्लाह, कि तुसी जिन्ना भी कह लो कारनामे इस सीजन दे जिहड़े रहे ना उह रिंगां भी मिलियां तुहानूं सोने दीआं, ठीक है जी, तुहाडीआं परवादां भी शाम तक रहीआं ने, ठीक है जी। कुछ मेरा ख्याल कुछ कबूतर टाइम आउट से भी ताड़े बैठे ने। हाँ जी मैं चाहना कि सानू कबूतर दिखाए भी जान, कुछ दस्या भी जाए जौक शौक के हवाले नाल। तारक भाई हाँ जी कबूतर जी जरा 7:09 ਤੇ ਬੈਠਾ ਜੀ। ਇਹ ਕਬੂਤਰ ਹੈ ਜਿਹੜਾ ਪੂਰੇ ਸ਼ਹਿਰ ਦੇ ਰੱਖਣਾ 7:09 ਤੇ ਬੈਠਾ ਜੀ ਇਹ ਕਬੂਤਰ ਇਹਨਾਂ ਦਾ ਜੀ। ਠੀਕ ਹੈ ਇਹਨੇ ਸੋਨੇ ਦੀਆਂ ਜੜੀਆਂ ਨਾ ਦੇਖੋ ਥੱਲਾ ਇਹਨੇ ਜਿੱਤੀ ਥੱਲਾ ਇਹਨੇ। ਦੋਸਤੋ ਇਹ ਟੂਰਨਾਮੈਂਟ ਕਿਹੜਾ ਸੀ ਤਾਰਕ ਭਾਈ? ਦੋਸਤੋ ਮੇਰੇ ਸਾਹਿਬ ਮੇਰੇ ਕੁਝ ਦੋਸਤ ਨਾਲ ਹੁੰਦੇ ਨੇ, ਮੈਂ ਹਮੇਸ਼ਾ ਉਹਨਾਂ ਨੂੰ ਪ੍ਰੋਟੈਕਟ ਕਰਦਾ ਜੀ, ਉਹਨਾਂ ਦਾ ਜ਼ਿਕਰ ਕਰੀਦਾ। ਮੇਰੇ ਨਾਲ ਹੁਣ ਲਾਈਵ ਕਾਫੀ ਦੋਸਤ ਨੇ ਜੀ, ਜਿਨ੍ਹਾਂ 'ਚ ਨਾ ਮੈਂ ਚਾਹਾਂਗਾ ਕਿ ਉਹਨਾਂ ਦਾ ਜ਼ਿਕਰ ਖੈਰ ਪਹਿਲਾਂ ਆ ਜਾਏ। ਉਸਮਾਨ ਅਰਸ਼ਦ ਸਾਹਿਬ ਸਾਨੂੰ ਵਾਚ ਕਰਦੇ ਨੇ, ਯਾ ਮੀਆਂ ਦੀਸ਼ਾਨ ਸਾਹਿਬ ਸਾਨੂੰ ਦੇਖਦੇ ਪਏ ਨੇ ਜੀ, ਫਿਆਜ਼ ਰੰਗਾ ਸਾਨੂੰ ਕਸੂਰ ਤੋਂ ਦੇਖਦੇ ਪਏ ਨੇ, ਇਸ ਟਾਈਮ ਚੈਂਪੀਅਨ ਨੇ ਜੀ ਉੱਥੇ ਦਾ ਜੀ। ਇਹ ਹਾਫਿਜ਼ ਡੌਨ ਸਾਹਿਬ ਦੇ ਸ਼ੇਰ ਨੇ ਜੀ, ਇਹਨਾਂ ਦਾ ਪ੍ਰੋਗਰਾਮ ਕਰਕੇ ਆ ਜੀ। ਸਾਕਬ ਬਾਵਾ ਸਾਨੂੰ ਕਰਾਚੀ ਤੋਂ ਦੇਖਦੇ ਨੇ ਜੀ, ਇਹ ਵੈਸੇ ਬੇਸਿਕਲੀ ਤਾਂ ਇਹ ਫੈਸਲਾਬਾਦ ਦੇ ਨੇ, 79 ਗਏ ਨੇ ਜੀ। ਇਹ ਹਸਨ ਸਾਹਿਬ ਦੇ ਫੈਮਿਲੀ 'ਚ ਸ਼ਾਗਿਰਦ ਵੀ ਨੇ ਉੱਧਰ 'ਚ, ਠੀਕ ਹੈ ਜੀ। ਉਸਤਾਦ ਜਾਨੀ ਸਾਨੂੰ ਇਸ ਟਾਈਮ ਮੁਲਤਾਨ ਤੋਂ ਦੇਖਦੇ ਪਏ ਨੇ ਜੀ। ਆਜ਼ਮ ਖਾਨ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਜੀ, ਇਹ ਸਮੁੰਦਰੀ ਤੋਂ, ਲੇਕਿਨ ਇਸ ਟਾਈਮ ਲਾਹੌਰ ਹੁੰਦੇ ਨੇ ਜੀ। ਆਜ਼ਮ ਭਾਈ ਅਸਲਾਮ ਵਾਲੇਕਮ ਜੀ ਜੀ। ਆਜ਼ਮ ਸ਼ਬੀਰ ਸਾਹਿਬ ਵੀ ਸਾਡੇ ਨਾਲ ਜੀ, ਉਮਰ ਖਾਨ ਸਾਹਿਬ ਸਾਡੇ ਨਾਲ ਨੇ ਜੀ, ਕਬੂਤਰਬਾਜ਼ੀ ਵਾਲੇ ਸਾਡੇ ਨਾਲ ਨੇ ਜੀ, ਰਫੀਕ ਗੁੱਜਰ ਸਾਹਿਬ ਸਾਡੇ ਨਾਲ ਜੀ। ਰਫੀਕ ਭਾਈ ਵੈਲਕਮ ਜੀ ਜਨਾਬ, ਵਾਹਲਾਇਕੁਮ ਅਸਲਾਮ ਵਰਹਮਤੁੱਲਾ ਵਰਕਾਤ ਜੀ। ਬੋਲੂ ਹਰਲ ਜੀ, ਕੈਸਰ ਸਾਹਿਬ ਜੀ ਜੀ। ਦੋਸਤੋ ਮੈਂ ਨਾ ਇਸ ਵਕਤ ਹਰਲ ਭਾਈ ਹਾਂਗਕਾਂਗ ਛੱਤ ਹੈ ਜੀ ਫੈਸਲਾਬਾਦ ਦੇ ਹਵਾਲੇ ਨਾਲ, ਹਾਂਜੀ ਹਾਂਜੀ ਖਲੀਲ ਹਾਂਗਕਾਂਗ ਵਾਲਿਆਂ ਦੇ ਨਾਂ ਤੋਂ ਜੀ। ਔਰ ਬਹੁਤ ਅੱਛਾ ਸ਼ੌਕ ਕਰਦੇ ਪਏ ਨੇ, ਇਹ ਕਾਫੀ ਅਰਸੇ ਤੋਂ ਇਨ ਨਹੀਂ ਸੀ, ਹੈ ਮੀਡੀਆ ਨਾਲ ਲਿੰਕ ਨਹੀਂ ਸੀ ਇਹਨਾਂ ਸਾਡਾ, ਲੇਕਿਨ ਹੁਣ ਦੁਬਾਰਾ ਨਵੇਂ ਸਿਰ ਤੋਂ ਇਹਨਾਂ ਨੇ ਅਪਡੇਟ ਕੀਤਾ ਜੀ, ਔਰ ਅੱਛਾ ਟੂਰਨਾਮੈਂਟ ਇਹਨਾਂ ਨੇ ਖੇਲ ਕੇ, ਅਤੇ ਉਸੇ ਛੱਤ ਉੱਤੇ ਮੈਂ ਇਸ ਟਾਈਮ ਮੌਜੂਦ ਹਾਂ ਜੀ। ਜੀ ਰਾਣਾ ਸ਼ੁਏਬ ਸਾਹਿਬ ਜੀ ਮੈਨੂੰ ਵਾਚ ਕਰਦੇ ਨੇ, ਰੇਲ ਭੱਟ ਸਾਹਿਬ, ਰਾਣਾ ਸ਼ੁਏਬ ਸਾਹਿਬ ਜੀ, ਨਾਸਰ ਸਾਹਿਬ, ਇੱਕ ਲੰਬੀ ਫਰਿਸ਼ ਤਵੀਲ ਫਰਿਸ਼ ਜੀ, ਵੈਲਕਮ ਜੀ ਸਾਕਬ ਭਾਈ, ਬਹੁਤ ਸ਼ੁਕਰੀਆ ਸਾਕਬ ਭਾਈ, ਬਹੁਤ ਸ਼ੁਕਰੀਆ ਜੀ। ਅੱਛਾ ਜੀ ਮੀਆਂ ਸਾਹਿਬ ਤੁਸੀਂ ਇਹ ਸ਼ੌਕ ਕਰਨ ਦਾ ਸ਼ੁਰੂ ਕੀਤਾ ਜੀ, ਇਹ ਸ਼ੌਕ ਬਾਅਦ ਚਲਾਉਣੇ ਕਬੂਤਰ ਦਾ ਜੀ? ਸ਼ੌਕ ਸਾਡਾ ਹੈ ਤਕਰੀਬਨ 10-12 ਸਾਲ ਦਾ ਜੀ। ਠੀਕ ਹੈ, ਅਸੀਂ ਨਾ ਇੱਧਰ ਆਏ ਹਾਂ ਤਕਰੀਬਨ ਸਾਨੂੰ 4 ਸਾਲ ਹੋਏ ਇੱਥੇ, ਛੱਤ ਨਵੀਂ ਬਣਾਈ, ਇਹ ਛੱਤ ਜਿਹੜੀ ਇਸ ਤਰ੍ਹਾਂ ਮੈਂ ਜਿੱਥੇ ਖਲੋਤਾ ਜੀ, ਹਾਂ
ਅਸੂ ਜੀ ਮਾਸ਼ਾਅੱਲਾ ਸਾਡਾ ਕਾਫੀ ਬਿਹਤਰ ਸ਼ੌਕ ਹੋਇਆ ਵਾ ਜੀ ਠੀਕ ਮਾਸ਼ਾਅੱਲਾ ਤਕਰੀਬਨ 6 ਵਜੇ ਤੋਂ ਬਾਅਦ ਹਰ ਪਰਵਾਜ਼ ਸਾਡੀ ਇਹਨਾਂ ਤਕਰੀਬਨ ਹਨੇਰੇ 'ਚ ਆਈ ਆ ਕੋਈ ਐਸੀ ਪਰਵਾਜ਼ ਨਹੀਂ ਹੈ ਜਿਹੜੀ ਅਸੀਂ ਸਾਨੂੰ ਨਹੀਂ ਹਨੇਰੇ 'ਚ ਆਈ ਹੋ ਜੀ ਸ਼ਹਿਰੋਂ ਵੀ ਅਸੀਂ ਤਕਰੀਬਨ ਫਸਟ ਆਏ ਹਾਂ ਇੱਕ ਕੱਪ 'ਚੋਂ ਫਿਰ ਉਹ ਸੰਨਮਬਾਦ ਵਾਲਾ ਕੱਪ ਸੀਗਾ ਤਕਰੀਬਨ 8-10 ਕੱਪ ਜਿਹੜੇ ਜਿੱਤ ਚੁੱਕੇ ਹਾਂ ਹਾਂਜੀ 8-10 ਕੱਪ ਅਸੀਂ ਇਸ ਸੀਜ਼ਨ 'ਚ ਜਿੱਤ ਚੁੱਕੇ ਹਾਂ ਜੀ ਬਿਲਕੁਲ ਇਸ ਤਰ੍ਹਾਂ ਇਸ ਤਰ੍ਹਾਂ ਹੀ ਬਾਕੀ ਅੱਲਾਹ ਦੀ ਮਿਹਰਬਾਨੀ ਆ ਅੱਛਾ ਇਹ ਇਹ ਮੀਆਂ ਸਾਹਿਬ ਤੁਸੀਂ ਨੀਚੇ ਫੈਕਟਰੀ ਹੈ ਆਪਣਾ ਬੇਹਤਰੀਨ ਵਰਕ ਫੈਕਟਰੀ ਤੁਹਾਡੀ ਇੱਥੇ ਕੰਮ ਹੋ ਰਿਹਾ ਮਜ਼ਦੂਰ ਕੰਮ ਕਰਦੇ ਅਤੇ ਨਾਲ ਇਹ ਹੈ ਤੁਸੀਂ ਕੀ ਨਾਲ ਸ਼ੌਕ ਪਾ ਲਿਆ ਕਬੂਤਰਾਂ ਵਾਲਾ ਵੈਸੇ ਇਹ ਅਟੈਚਮੈਂਟ ਲੱਗਦੀ ਨਹੀਂ ਇਹਦੀ ਅਜੀਬੋ ਗਰੀਬ ਖੇਲ ਲੱਗਦਾ ਯਾਨੀ ਕਿ ਇੱਕ ਬੰਦਾ ਸਿਆਸਤਦਾਨ ਵੀ ਹੋਵੇ ਅਤੇ ਨਾਲ ਕਬੂਤਰਬਾਜ਼ ਵੀ ਹੋਵੇ ਇਹ ਤੁਸੀਂ ਕਾਰੋਬਾਰੀ ਲੋਕ ਹੋ ਤੁਹਾਨੂੰ ਕਬੂਤਰਾਂ ਦਾ ਕੀ ਸ਼ੌਕ ਚੜ ਗਿਆ ਜਿਹੜਾ ਭਾਜੀ ਉਹ ਭਾਈ ਹਾਂਗਕਾਂਗ ਵਾਲੇ ਨੇ ਫੈਸਲ ਖਲੀਲ ਫੈਸਲ ਜੀ ਹਾਂਗਕਾਂਗ ਵਾਲੇ ਉਹਨਾਂ ਨੂੰ ਸ਼ੌਕ ਹੈ ਤਕਰੀਬਨ ਕਾਫੀ ਮਾਸ਼ਾਅੱਲਾ ਸਾਹਿਬ ਕੁਛ ਉਹ ਹੀ ਹੈ ਨਾ ਬਚਪਨ ਤੋਂ ਸ਼ੌਕ ਆ ਉਹਨਾਂ ਨੂੰ ਉਹ ਹੀ ਸਾਨੂੰ ਗਾਈਡ ਕਰਦੇ ਆ ਇਹਨੂੰ ਇੱਦਾਂ ਕਰੋ ਇਹਨੂੰ ਇੱਦਾਂ ਕਰੋ ਹਾਂਜੀ ਠੀਕ ਹੋ ਗਿਆ ਬਸ ਉਹ ਮਿਹਰਬਾਨੀ ਆ ਉਹਨਾਂ ਦੀ ਉਹਨਾਂ ਦੇ ਸ਼ੌਕ ਨੂੰ ਅਸੀਂ ਲੈ ਕੇ ਅੱਗੇ ਤੁਰੇ ਹਾਂ ਜੀ ਸਾਰੀ ਤਕਰੀਬਨ ਸੈਟਿੰਗ ਉਹਨਾਂ ਦੀ ਹੈ ਯਾਨੀ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਬੇਸਿਕਲੀ ਸ਼ੌਕ ਫੈਸਲ ਖਲੀਲ ਦਾ ਹੀ ਹੈ ਜੀ ਹਾਂਜੀ ਤੁਹਾਡੇ ਛੋਟੇ ਛੋਟੇ ਭਾਈ ਦਾ ਹੀ ਸ਼ੌਕ ਹੈ ਉਹਨੂੰ ਤੁਸੀਂ ਪ੍ਰੋਡਕਟ ਕਰਦੇ ਪਏ ਹੋ ਉਹਨੂੰ ਲੈ ਕੇ ਨਾਲ ਚੱਲਦੇ ਪਏ ਹੋ ਉਹਦੇ ਸ਼ੌਕ ਸ਼ੌਕ ਵਾਸਤੇ ਤੁਸੀਂ ਨਾਲ ਸਾਥ ਦੇ ਰਹੇ ਹੋ ਉਹਨਾਂ ਦਾ ਤੁਸੀਂ ਕਿਹਨਾਂ ਦੇ ਸ਼ਾਗਿਰਦ ਹੋ ਮੈਂ ਹਾਂ ਗੁਜਰਾਂ ਵਾਲੇ ਸਤਾਰ ਰਸ਼ੀਦ ਆ ਅੱਛਾ ਤੁਸੀਂ ਉਹਨਾਂ ਕੁਕਰਾਂ ਦੀ ਸਾਦੀ ਲਈ ਹੋਈ ਜੀ ਮੈਨੂੰ ਤਕਰੀਬਨ 14 ਸਾਲ ਹੋ ਗਏ ਲਈ ਉਹਨਾਂ ਨੇ ਅੱਛਾ ਅੱਛਾ ਤੇ ਉਸਤਾਦਾਂ ਵਾਲੇ 7 ਸਾਲ ਹੋਏ ਜੀ ਜੀ ਭਾਈ ਹਫੀਜ਼ ਵੀ ਮੈਂ ਗੱਲਬਾਤ 'ਚ ਕਰੀ ਸੀ ਲੇਕਿਨ ਭਾਈ ਹਫੀਜ਼ ਦੇ ਵਿੱਚ ਆਵਾਜ਼ ਆ ਗਈ ਹੁਣ ਮੈਂ ਕਿਹਾ ਦੁਬਾਰਾ ਗੁਫ਼ਤਗੂ ਕਰਦੇ ਹਾਂ ਭਾਈ ਹਫੀਜ਼ ਨਾਲ ਚਲੋ ਜੀ ਭਾਈ ਹਫੀਜ਼ ਵੀ ਜੀ ਫੈਸਲ ਭਾਈ ਦੇ ਵੱਡੇ ਭਾਈ ਨੇ ਜੀ ਤੁਸੀਂ ਵੀ ਆਪਣਾ ਭਾਈ ਹਫੀਜ਼ ਸ਼ੌਕ ਕਰਦੇ ਹੋ ਬਿਲਕੁਲ ਜੀ ਭਾਈ ਦੇ ਸ਼ੌਕ ਨੂੰ ਅਸੀਂ ਅੱਗੇ ਬਣਾ ਰਹੇ ਹਾਂ ਉਹ ਸ਼ੌਕ ਸੀਗਾ ਜੀ ਉਹ ਇੱਥੇ ਜਿਹੜੇ ਨਹੀਂ ਹੁੰਦੇ ਹਾਂਜੀ ਸਾਨੂੰ ਲੋਕਾਂ ਦੀ ਮੁਹਤਾਜੀ ਹੁੰਦੀ ਆ ਉਹ ਭਾਈ ਦੇ ਅਟੈਚਮੈਂਟ ਦੇ ਨਾਲ ਉਹਨਾਂ ਦੇ ਮਸ਼ਵਰੇ ਦੇ ਨਾਲ ਭਾਈ ਦਾ ਸਭ ਸਾਰਾ ਸ਼ੌਕ ਭਾਈ ਦਾ ਜੀ ਭਾਈ ਦੇ ਸ਼ੌਕ ਨੂੰ ਅਸੀਂ ਅੱਗੇ ਮੀਆਂ ਸਾਹਿਬ ਤੁਸੀਂ ਵੀ ਉਡਾਨ ਦਾ ਸ਼ੌਕ ਜਾਂ ਰੱਖਣ ਦਾ ਸ਼ੌਕ ਇਸ ਹਵਾਲੇ ਨਾਲ ਜਾਂ ਉਸਤਾਦੀ ਸ਼ੀਰ ਦੀ ਕੋਈ ਸਾਰਾ ਸਿਸਟਮ ਉਹਨਾਂ ਦਾ ਹੀ ਆ ਅਸੀਂ ਇਹਨੂੰ ਸਿਰਫ ਦੇਖਭਾਲ ਕਰਨੀ ਆ ਅੜਾਉਣਾ ਵਾ ਉਹਨਾਂ ਨੂੰ ਸਾਰੀ ਜਿੱਦਾਂ ਉਹਨਾਂ ਨੇ ਸਾਨੂੰ ਹਦਾਇਤ ਦੇਣੀ ਉਸੇ ਰੂਟੀਨ ਨਾਲ ਠੀਕ ਹੈ ਲਓ ਜੀ ਅਸੀਂ ਤੁਹਾਡਾ 7 ਕਿੰਨੇ ਵਜੇ ਜੀ 7:09 7:09 ਵਾਲਾ ਕਬੂਤਰ ਦੋਸਤਾਂ ਨੂੰ ਦਿਖਾਈਏ ਲਓ ਜੀ ਦੋਸਤੋ ਅੱਛਾ ਜੀ ਉਸਤਾਦ ਫੈਜ਼ ਚਿਸ਼ਤੀ ਸਾਹਿਬ ਸਾਡੇ ਨਾਲ ਨੇ ਸਾਨੂੰ ਸ਼ੌਕ ਕਰਵਾ ਰਹੇ ਨੇ ਛੱਤੋਂ ਜੀ ਜੀ ਫੈਜ਼ ਬਾਈ ਮੈਨੂੰ ਤੁਹਾਡੇ ਨਾਂ ਦਾ ਪਤਾ ਨਹੀਂ ਸੀ ਸਰ ਫੈਜ਼ ਬਾਈ ਜੀ ਫੈਜ਼ ਬਾਈ ਇਹ ਥੋੜ੍ਹਾ ਨੀਵਾਂ ਕਰੋ ਕਬੂਤਰ ਨੂੰ ਹਾਂ ਬਿਲਕੁਲ ਹਾਂਜੀ ਖੋਲੋ ਖੋਲੋ ਹਾਂਜੀ ਤੁਸੀਂ ਲਓ ਜਨਾਬ ਤੁਸੀਂ ਇਸ ਕਬੂਤਰ ਦੇ ਕੁੰਦੇ ਦੇਖੋ ਜੀ ਤੁਹਾਨੂੰ ਤੁਹਾਡੇ ਜ਼ੌਕ ਸ਼ੌਕ 'ਚ ਇਨਸ਼ਾਅੱਲਾ ਇਜ਼ਾਫਾ ਹੋਏਗਾ ਜੀ ਇਸ ਕਬੂਤਰ ਦਾ ਇਹ ਜੀ ਵਿਨਰ ਕਬੂਤਰ ਕਬੂਤਰਾ ਛੱਦਾ ਜੀ ਔਰ ਮੀਆਂ ਸਾਹਿਬ ਕਿੰਨੀ ਕੁ ਪਰਵਾਜ਼ਾਂ ਰਹੀਆਂ ਨੇ ਸ਼ਾਮ ਦੀਆਂ ਜੀ 6 ਪਰਵਾਜ਼ਾਂ ਜ਼ਬਰਦਸਤ ਕੀ ਬਾਤ ਔਰ ਸੋਨੇ ਦੀਆਂ ਠੱਲਾਂ ਵੀ ਇਸ ਪਰਿੰਦੇ ਨੇ ਜਿੱਤੀਆਂ ਹੈਗੀਆਂ ਅੱਛਾ ਜੀ ਅੱਖਾਂ ਦਿਖਾਓ ਜੀ ਅੱਛਾ ਇਹ ਬੇਸਿਕਲੀ ਕਬੂਤਰ ਹੈ ਕਿਹੜਾ ਜੀ ਤੁਹਾਡੇ ਕੋਲ ਜਿਹੜਾ ਤੁਸੀਂ ਮੈਨੂੰ ਦਿਖਾ ਰਹੇ ਹੋ ਇਹ ਸਾਡੇ ਸ਼ਿਕਰੇ ਕਬੂਤਰ ਆ ਜੀ ਖਲੀਲ ਸਾਹਿਬ ਦੇ ਜੀ ਠੀਕ ਹੋ ਗਏ ਉਹਨਾਂ ਦੇ ਵਿੱਚੋਂ ਲਓ ਜੀ ਦੋਸਤੋ ਸ਼ਿਕਰੇ ਕਬੂਤਰ ਫੈਸਲਾਬਾਦ ਦੇ ਮੀਆਂ ਹਬੀਬ ਮੀਆਂ ਹਫੀਜ਼ ਮੀਆਂ ਫੈਸਲ ਖਲੀਲ ਹਾਂਗਕਾਂਗ ਛੱਤ ਵਾਲੇ ਦੀ ਛੱਤ ਤੋਂ ਤੁਸੀਂ ਇਸ ਟਾਈਮ ਮੇਰੇ ਨਾਲ ਲਾਈਵ ਸ਼ੌਕ ਕਰਦੇ ਪਏ ਹੋ ਕਰੋ ਸ਼ੌਕ ਜੀ ਇਸ ਕਬੂਤਰ ਦਾ ਤੁਹਾਨੂੰ ਮਜ਼ਾ ਆਏਗਾ ਜੀ ਇਨਸ਼ਾਅੱਲਾ ਅੱਛਾ ਇਹਦੇ ਪੰਜਿਆਂ ਦਾ ਕਲਰ ਮੈਂ ਦੇਖਦਾ ਪਿਆ ਕਿ ਥਰੂ ਆਊਟ ਜਿੰਨੇ ਅੱਛੇ ਬਰਡ ਹੁੰਦੇ ਨੇ ਉਹਨਾਂ ਦੇ ਜਿਹੜੇ ਕਲਰ ਹੈ ਲਓ ਦੋਸਤੋ ਇਹਦੀਆਂ ਅਤੇ ਸੋਨਾ ਦੀਆਂ ਕੜੀਆਂ ਵੀ ਜਿਹੜੀਆਂ ਇਹਨਾਂ ਨੂੰ ਇਸ ਟਾਈਮ ਗਿਫਟ ਹੋਈਆਂ ਸੀ ਇਹਨਾਂ ਦੇ ਨਾਲ ਜੀ ਇਸ ਸੀਜ਼ਨ 'ਤੇ ਅਤੇ ਪਲੱਸ ਜਿਹੜੇ ਉਹਨਾਂ ਦੇ ਪੰਜੇ ਵੀ ਨਾਲ ਦੇਖੋ ਮਾਸ਼ਾਅੱਲਾ ਕੀ ਬਾਤ ਮਜ਼ਾ ਆ ਜਾਓ ਭਾਈ ਇੱਧਰ ਆਓ ਤੁਸੀਂ ਇੱਧਰ ਨਾਲ ਆਓ ਇੱਧਰ ਆਓ ਨਾ ਇੱਥੇ ਆਓ ਅੱਛਾ ਜੀ ਜੀ ਮੀਆਂ ਸਾਹਿਬ ਅੱਛਾ ਮੀਆਂ ਸਾਹਿਬ ਤੁਸੀਂ ਇਹ ਜਿਹੜਾ ਸ਼ੌਕ ਜਿਹੜਾ ਭਾਈ ਦੇ ਨਾਲ ਲੈ ਕੇ ਚੱਲਦੇ ਪਏ ਹੋ ਹੁਣ ਫੈਸਲ ਭਾਈ ਦੇ ਇੱਥੇ ਬਹੁਤ ਕੰਮ ਹੁੰਦੇ ਆ ਹਾਂਜੀ ਮਤਲਬ ਉਹ ਜ਼ਿਆਦਾ ਸਾਲ ਬਾਅਦ ਹੀ ਕਿਤੇ ਚੱਕਰ ਲੱਗਦਾ ਹੈ 3 ਮਹੀਨੇ ਬਾਅਦ ਤਕਰੀਬਨ ਆ ਜਾਂਦੇ 2-3 ਮਹੀਨੇ ਬਾਅਦ ਨਾ 2-3 ਮਹੀਨੇ ਬਾਅਦ ਉਹ ਪਾਕਿਸਤਾਨ ਆ ਜਾਂਦੇ ਨੇ ਉਹ ਠੀਕ ਹੈ ਇੱਧਰ ਲੱਗ ਗਿਆ ਬੋ ਨਾ ਲੱਗ ਗਿਆ ਬੋ ਤਕਰੀਬਨ 2-3 ਮਹੀਨੇ ਬਾਅਦ ਆਪਣਾ ਪਾਕਿਸਤਾਨ ਉਹਨਾਂ ਦਾ ਚੱਕਰ ਲੱਗਦਾ ਰਹਿੰਦਾ ਹੈ ਜੀ ਠੀਕ ਹੈ ਠੀਕ ਹੈ ਉਹ ਫਿਰ ਆ ਕੇ ਨਾ ਇਹਨਾਂ ਨੂੰ ਸਾਰਾ ਕੁਝ ਦੱਸਦੇ ਰਹਿੰਦੇ ਵੀ ਇਹਨੂੰ ਇਸ ਤਰ੍ਹਾਂ ਕਰ ਜਾਣਾ ਫੋਨ ਤੇ ਬੇਸਿਕਲੀ ਟੋਟਲੀ ਡੇਲੀ 2-3 ਘੰਟੇ 4 ਘੰਟੇ ਜਿਹੜੀ ਇਹਨਾਂ ਡੇਲੀ ਕਬੂਤਰਬਾਜ਼ੀ ਤੇ ਉਹਨਾਂ ਦੀ ਡਿਸਕਸ਼ਨ ਜਾਰੀ ਰਹਿੰਦੀ ਹੈ ਠੀਕ ਹੈ 2-3 ਘੰਟੇ ਡੇਲੀ ਠੀਕ ਹੈ ਅੱਛਾ ਹੁਣ ਸਾਨੂੰ ਹੋਰ ਕਿਹੜਾ ਬਰਡ ਤੁਸੀਂ ਦਿਖਾ ਰਹੇ ਹੋ ਆਪਣੀ ਛੱਤ ਦਾ ਜਿਹੜਾ ਬਹੁਤ ਅੱਛਾ ਸੁਪਰ ਕਲਾਸ ਜਿਹੜਾ ਜਿਹਨਾਂ ਦੋਸਤਾਂ ਦਾ ਜ਼ੌਕ ਸ਼ੌਕ 'ਚ ਇਜ਼ਾਫਾ ਵੀ ਹੋਵੇ ਉਹ 'ਚ ਨਾਲ ਕੋਲ ਥੋੜ੍ਹੀ ਗੁਫ਼ਤਗੂ ਕਰ ਲੈਂਦੇ ਅੱਛਾ ਜੀ ਉਸਤਾਦ ਫੈਜ਼ ਚਿਸ਼ਤੀ ਸਾਹਿਬ ਜੀ ਜੀ ਤੁਸੀਂ ਜਿਹੜਾ ਫੈਸਲਾਬਾਦ ਦੇ ਹੋ ਨਾ ਜੀ ਜੀ ਅਤੇ ਇਹ ਮੀਆਂ ਸਾਹਿਬ ਹੋਰਾਂ ਨਾਲ ਹੀ ਸ਼ੌਕ ਰਲ ਕੇ ਕਰਦੇ ਪਏ ਮੀਆਂ ਸਾਹਿਬ ਨਾਲ ਅਸੀਂ ਰਲ ਕੇ ਸ਼ੌਕ ਕਰਦੇ ਸਾਡੇ ਬਹੁਤ ਅਜ਼ੀਜ਼ ਦੋਸਤ ਹੈਗੇ ਆ ਸਾਡਾ ਬਹੁਤ ਪਿਆਰ ਇਹਨਾਂ ਨਾਲ ਸ਼ੁਰੂ ਤੋਂ ਅੱਛੇ ਦੋਸਤ ਆ ਸਾਡੇ ਇਹ
ਜੀ ਠੀਕ ਹੋ ਗਿਆ ਜੀ। ਮੀਆਂ ਸਾਹਿਬ ਇਹ ਕਿਹੜਾ ਹੁਣ ਜੇ ਬਰਡ ਦਿਖਾ ਰਹੇ ਸਾਨੂੰ ਜੀ? ਜੀ ਫਾਜ਼ਲ ਭਾਈ 35 ਨੰਬਰ ਆ ਜੀ ਇਹ। ਅੱਛਾ ਜੀ ਠੀਕ ਹੋ ਗਿਆ ਜੀ। ਇਹ ਜੀ ਉਹਨਾਂ ਦਾ 35 ਨੰਬਰ ਜੋੜਾ ਜੀ ਜੌਂਸਰੇ ਜੀ। ਲਓ ਜੀ ਸੇਲ ਭਾਈ ਤੁਸੀਂ ਕਹਿ ਰਹੇ ਸੀ ਕਿ ਜੌਂਸਰੇ ਛੱਤਾਂ 'ਤੇ ਕੋਈ ਨਹੀਂ ਹੈਗਾ ਜੀ। ਆਹ ਜੌਂਸਰੇ ਵੀ ਕਬੂਤਰ ਹੈਗਾ ਜੀ ਦੇਖੋ ਜੀ। ਹਾਂਜੀ ਲੱਖ ਜੌਂਸਰੇ। ਹਾਂਜੀ ਜ਼ਬਰਦਸਤ। ਲਓ ਜੀ ਦੋਸਤੋ। ਅੱਛਾ ਇਹ ਇਹ ਜਿਹੜੇ ਕਬੂਤਰ ਮੈਂ ਦੇਖ ਰਿਹਾ ਪਿਆ ਸਾਰੇ ਇਹ ਮੁਕਾਮੀ ਫੈਸਲਾਬਾਦੀ ਲੇਕਿਨ ਪਤਾ ਤਾਂ ਲੱਗਦਾ ਹੈ ਨਾ ਦੋਸਤਾਂ ਜੋ ਦੇਖਣਾ ਚਾਹੁੰਦੇ ਦੋਸਤ ਉਹਨਾਂ ਨੂੰ ਉਹ ਚੀਜ਼ ਨਜ਼ਰ ਆ ਰਹੀ ਹੁੰਦੀ। ਜ਼ਬਰਦਸਤ ਪਰ ਬਿਲਕੁਲ ਖੱਦੀ ਹੋਏ ਪਏ ਨੇ ਲੇਕਿਨ ਅੰਦਾਜ਼ਾ ਹੋ ਰਿਹਾ ਕਿ ਕੀ ਹੋਏਗਾ। ਹੁਣ ਇਹਨਾਂ ਨੂੰ ਪਟਾਈਆਂ ਦਵਾਂਗੇ ਨਾ ਅਸੀਂ ਤਕਰੀਬਨ 15 ਦਿਨ ਬਾਅਦ। ਇਹਦੀਆਂ ਅੱਖਾਂ ਦਿਖਾਓ ਜੀ ਜਾ ਕੇ ਕਲੋਜ਼ ਕਰੋ ਨਾ ਥੋੜ੍ਹਾ ਜਿਹਾ। ਇਹਨਾਂ ਨੂੰ ਤੁਸੀਂ ਕੀ ਕਹਿੰਦੇ ਪਏ ਹੋ ਜੀ ਜਿੱਦਾਂ ਉਹਨਾਂ ਨੂੰ ਸ਼ਿਕਰੇ ਕਹਿ ਰਹੇ ਸੀ ਜੀ? ਇਹਨਾਂ ਨੂੰ ਅਸੀਂ ਲੱਖੇ ਮੋਤੀਆਂ ਵਾਲੇ ਕਹਿੰਦੇ ਹਾਂ ਜੀ। ਇਹ ਤਾਂ ਮੁਕਾਮੀ ਫੈਸਲਾਬਾਦ ਦੇ ਹੋਏ ਜੀ। ਫੈਸਲਾਬਾਦ ਦੇ ਜੀ ਠੀਕ ਹੋ ਗਿਆ ਜੀ। ਲਓ ਜੀ ਦੋਸਤੋ ਫੈਸਲਾਬਾਦ ਲੱਖੇ ਖਲੀਲ ਸਾਹਿਬ ਦੇ ਘਰ ਦੇ ਕਬੂਤਰ ਆ ਬਾਹਰ ਦੇ ਨਹੀਂ ਹੈ। ਇਹਨਾਂ ਦਾ ਵੀ ਜ਼ੌਕ ਸ਼ੌਕ ਕਰਵਾਓ ਜੀ ਸਾਨੂੰ ਪੰਜਿਆਂ ਦਾ ਇਹਨਾਂ ਦਾ ਜੀ। ਇਹਨਾਂ ਦਾ ਕੀ ਟਰੈਕ ਰਿਕਾਰਡ ਜੀ? ਇਹਦੀਆਂ 4-5 ਪਰਵਾਜ਼ਾਂ ਜਿਹੜੀਆਂ ਨਾ 4 ਤੋਂ ਬਾਅਦ ਦੀਆਂ ਹੀ ਆ ਜੀ। ਠੀਕ ਹੋ ਗਿਆ ਦੋਸਤ। ਕਹਿੰਦੇ ਨੇ ਜੀ ਖੁਸ਼ਕ ਪੰਜੇ ਇਹਨਾਂ ਨੂੰ ਕਹਿੰਦੇ ਨੇ ਜੀ। ਹਾਂਜੀ ਜੀ ਇਸੇ ਤਰ੍ਹਾਂ ਹੀ ਆ ਜੀ। ਸਾਡੇ ਕੋਲ ਜਿੰਨੇ ਕਬੂਤਰ ਆ ਤਕਰੀਬਨ ਸਾਰੇ ਖੁਸ਼ਕ ਪੰਜਿਆਂ ਦੇ ਹੀ ਆ। ਬਹੁਤ ਸ਼ੁਕਰੀਆ ਜੀ। ਮੀਆਂ ਸਾਹਿਬ ਤੇ ਆਪ ਸ਼ੌਕ ਕਰਵਾ ਰਿਹਾ ਜੀ। ਦੇਖੋ ਜੀ ਇੱਕ ਕਬੂਤਰ ਫੜ ਕੇ ਲੈ ਕੇ ਆ ਰਹੇ ਭਾਈ ਹਫੀਜ਼ ਜੀ। ਭਾਈ ਫੀਜ਼ ਆਓ ਜੀ ਫਿਰ ਹੁਣ ਸਾਨੂੰ ਕੀ ਦਿਖਾ ਰਿਹਾ ਜੀ ਇਸ ਟਾਈਮ ਜੀ? ਆਓ ਜੀ ਫੀਜ਼ ਸਾਹਿਬ ਲੈ ਕੇ ਆਓ। ਹਾਂਜੀ ਸ਼ੌਕ ਤਾਂ ਦੇਖੋ ਜੀ ਆਹ ਜ਼ੌਕ ਸ਼ੌਕ ਹੁੰਦਾ ਜੀ ਕਿ ਭਰਾ ਦੇ ਸ਼ੌਕ ਨੂੰ ਅਗਾਂਹ ਵਧਾਉਣ ਵਾਸਤੇ ਕਿੱਦਾਂ ਭਰਾ ਸ਼ੌਕ ਕਰਵਾ ਰਹੇ ਨੇ ਮਾਸ਼ਾਅੱਲਾ। ਕੱਢ ਕੇ ਲਿਆਂਦਾ ਹੁਣ ਜੀ ਦੋਸਤੋ। ਹਾਂਗਕਾਂਗ ਛਾਤੇ ਇਸ ਤੱਕ ਤੁਹਾਡੇ ਨਾਲ ਲਾਇਵ ਹੈ ਜੀ ਜਦੀ ਮਲਕ ਜੀ। ਲਓ ਜੀ ਬਾਈ ਜ਼ਬਰਦਸਤ ਜੀ ਕੀ ਬਾਤ ਹੈ। ਤਾਰਕ ਕਿੱਥੇ ਗਿਆ ਜੇ? ਤਾਰਕ ਦੇ ਨੀਚੇ ਕੱਪੜੇ। ਅੱਛਾ ਅੱਛਾ ਠੀਕ ਹੋ ਗਿਆ ਜੀ। ਅੱਛਾ ਜੀ ਚਿਸ਼ਤੀ ਸਾਹਿਬ ਇਹ ਕੀ ਜੇ? ਇਹਦਾ ਵੀ ਕੋਈ ਤਾਰਫ ਕਰਾਓ ਜੀ ਦੋਸਤਾਂ ਨੂੰ ਪਤਾ ਲੱਗੇ। ਹਾਂਜੀ ਕਿਉਂ ਜੀ? ਹਾਂਜੀ ਹਾਂਜੀ ਇਹ ਕੀ ਜੇ ਜੀ? ਇਹ ਸਾਡੇ ਫਿਰੋਜ਼ਪੁਰ ਹੀ ਆ ਜੀ। ਫਿਰੋਜ਼ਪੁਰ ਸੀ ਲਾਲ ਅੱਖਾਂ ਦੇ ਵਿੱਚ ਪਾਏ ਅਸੀਂ ਇਹ। ਅੱਛਾ ਫਿਰੋਜ਼ਪੁਰੀਆਂ ਟੱਚ ਦਿੱਤਾ ਤੁਸੀਂ ਇਹ ਕਹਿ ਸਕਦੇ ਹੋ? ਹਾਂਜੀ ਹਾਂਜੀ ਬਿਲਕੁਲ। ਟੱਚ ਕਿੰਨਾ ਦਿੱਤਾ ਫਿਰੋਜ਼ਪੁਰੀਆਂ ਦਾ? ਸ਼ਿਕਰਿਆਂ ਦਾ ਦਿੱਤਾ ਜੀ ਅੱਗੇ। ਅੱਛਾ ਸ਼ਿਕਰੇ ਪਲੱਸ ਤੁਹਾਡਾ ਜਿਹੜਾ ਫਿਰੋਜ਼ਪੁਰ? ਹਾਂਜੀ ਜਿਹੜੇ ਸਾਡੇ ਇੱਥੇ ਦੇ ਜਾਤੀ ਸ਼ਿਕਰੇ ਕਬੂਤਰ ਇਹਨਾਂ ਦੇ ਫਿਰੋਜ਼ਪੁਰੀਆਂ 'ਚ ਪਾਏ ਆ। ਅੱਛਾ ਤੁਹਾਡਾ ਜਿਹੜਾ ਫਿਰੋਜ਼ਪੁਰੀ ਕਬੂਤਰ ਮੈਂ ਦੇਖਿਆ ਜੀ ਉਹ ਬਹੁਤ ਲਾਜਵਾਬ ਕਬੂਤਰ ਸੀ। ਕਿਉਂ ਜੀ ਅਚਲ ਭਾਈ ਉਹ ਤੁਸੀਂ ਕਬੂਤਰ ਦਿਖਾਓ ਦੋਸਤਾਂ ਦੇ ਜ਼ੌਕ ਸ਼ੌਕ ਵਾਸਤੇ ਸਾਨੂੰ ਜੀ। ਹਾਂਜੀ ਲਓ ਜੀ ਉਂਝ ਕਰ। ਹਾਂਜੀ ਕੁਝ ਦੋਸਤ ਮੇਰੇ ਨਾਲ ਨੇ ਜੀ, ਮੈਂ ਨਾ ਉਹਨਾਂ ਦਾ ਥੋੜ੍ਹਾ ਜ਼ਿਕਰ ਕਰ ਲਾਂ ਜੀ। ਆਰਟ ਬਲਤਿਸਤਾਨੀ ਸਾਨੂੰ ਜਨਾਬ ਕਰਾਚੀ ਤੋਂ ਸਾਨੂੰ ਲੈ ਰਹੇ ਜੀ। ਕੁੱਕੂ ਪਠਾਨ ਸਾਹਿਬ ਸਾਨੂੰ ਫੈਸਲਾਬਾਦ ਤੋਂ ਵਾਚ ਕਰਦੇ ਪਏ ਨੇ ਜੀ। ਵਕਾਰ ਆਗਾ ਸਾਹਿਬ ਨੇ ਜੀ ਸਲਾਮ ਕਹਿ ਰਹੇ ਸਭ ਦੋਸਤਾਂ ਨੂੰ ਜੀ। ਤੈਯਬ ਚੌਹਾਨ ਸਾਹਿਬ ਸਲਾਮ ਕਹਿ ਰਹੇ ਜੀ ਸਭ ਦੋਸਤਾਂ ਨੂੰ ਜੀ। ਜੀ ਨਾਸਰ ਰਜ਼ਾਕ ਸਾਹਿਬ ਨੇ ਜੀ, ਮੁਹੰਮਦ ਖਾਲਦ ਸਾਹਿਬ ਯੂਕੇ ਤੋਂ, ਮੇਰਾ ਖਿਆਲ ਸਪੇਨ ਹੁੰਦੇ ਨੇ ਜੀ। ਖਾਲਦ ਭਾਈ ਦੱਸਣਾ ਤੁਸੀਂ ਜ਼ੁਬੈਰ ਭਾਈ ਦੇ ਦੋਸਤ ਹੋ, ਤੁਸੀਂ ਸਪੇਨ ਹੋ ਕਿ ਇਸ ਟਾਈਮ ਇੰਗਲੈਂਡ ਹੁੰਦੇ ਹੋ? ਦੱਸਣਾ ਮੈਂ ਲਾਜ਼ਮੀ ਜੀ। ਨਵੀਦ ਖੋਖਰ ਸਾਹਿਬ ਲਾਹੌਰ ਤੋਂ ਨੇ ਜਨਾਬ, ਫਰਹਾਨ ਬਾਜਵਾ ਸਾਹਿਬ ਗੁਜਰਾਲੇ ਤੋਂ ਸ਼ਾਇਦ, ਮੇਰਾ ਖਿਆਲ ਨਵੀਦ ਖੋਖਰ ਸਾਹਿਬ ਵੀ ਲਾਹੌਰ ਤੋਂ ਜੀ। ਤਾਰਕ ਨਜ਼ੀਰ ਤੁਹਾਨੂੰ ਯੂਕੇ ਤੋਂ ਇਸ ਟਾਈਮ ਦੇਖਦੇ ਪਏ। ਅਮਜਦ ਮਹਿਮੂਦ ਸਾਹਿਬ ਪਲੱਸ ਤਾਰਕ ਨਜ਼ੀਰ 30 ਦੂਸਰੇ ਦੋਸਤ ਜਿਹੜੇ ਜੀ। ਅਮਜਦ ਭਾਈ ਹਾਂਗਕਾਂਗ ਛੱਤ 'ਤੇ ਲਾਈਵ ਹੈ ਜੀ ਇਸ ਟਾਈਮ ਜੀ, ਮੀਆਂ ਬਰਾਦਰਾਂ ਦੇ ਨਾਲ ਜੀ। ਤੁਹਾਡੀ ਮੁਲਾਕਾਤ ਐਰ ਕੀ ਨਹੀਂ ਸੀ ਹੋ ਸਕੀ? ਅਮਜਦ ਮਹਿਮੂਦ ਸਾਡੇ ਜੀ ਬਹੁਤ ਪਿਆਰੇ ਦੋਸਤ ਆ ਜੀ, ਐ ਕੀ ਆਇਆ ਸੀ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ? ਕਬੂਤਰ ਪਰਵੀਨ ਯੂਕੇ ਦੇ ਬਾਨੀਓ ਡਾਇਰੈਕਟਰ ਨੇ ਜੀ, ਬਹੁਤ ਵੱਡਾ ਕਲੱਬ ਚਲਾ ਰਹੇ ਨੇ ਯੂਕੇ 'ਤੇ ਜੀ ਇਸ ਟਾਈਮ। ਔਰ ਸਭ ਤੋਂ ਜ਼ਿਆਦਾ ਛੱਤਾਂ ਮੇਰਾ ਖਿਆਲ ਆ ਯੂਕੇ ਦੀਆਂ ਜਿਹੜੇ ਟੂਰਨਾਮੈਂਟਾਂ ਦੀਆਂ ਹੁੰਦੀਆਂ ਨਾ ਉਹ ਇਹਨਾਂ ਦੀਆਂ ਹੁੰਦੀਆਂ ਜੀ। ਔਰ ਹਾਂਜੀ ਔਰ ਮੇਰਾ ਖਿਆਲ 110 ਮੀਆਂ ਸਾਹਿਬ ਛੱਤਾਂ ਉਹ ਚਲਾਉਂਦੇ ਨੇ ਜੀ, ਉਡਾਉਂਦੇ ਨੇ ਉੱਥੇ ਜੀ ਇਹਨਾਂ। ਔਰ ਇੱਕ ਤਫੀਕ ਅੱਲਾ ਪਾਕ ਨੇ, ਉਹ ਵੀ ਮੁਕਾਮੀ ਫੈਸਲਾਬਾਦ ਦੇ ਨੇ ਜੀ ਤੁਹਾਡੇ ਜੀ, ਫੈਸਲਾਬਾਦ ਦੇ ਨੇ। ਹਾਂਜੀ ਬਿਲਕੁਲ ਫੈਸਲਾਬਾਦ ਦੇ ਨੇ ਜੀ। ਔਰ ਉਹ ਸ਼ੌਕ ਨੂੰ ਤਕਰੀਬਨ 30-40 ਸਾਲ ਤੋਂ ਉਡਾ ਰਹੇ ਨੇ, ਕਰਵਾ ਰਹੇ ਨੇ। ਔਰ ਜਿਸ ਤਰੀਕੇ ਨਾਲ ਜੁਆਇੰਟ ਉਹਨਾਂ ਨੇ ਇਸ ਪੂਰੀ ਪਾਕਿਸਤਾਨੀ ਫੈਮਿਲੀ ਨੂੰ ਉਹਨਾਂ ਨੇ ਯੂਕੇ 'ਚ ਕੀਤਾ ਨਾ, ਮਾਸਟਰ ਮਾਨਚੈਸਟਰ ਹੁੰਦੇ ਨੇ, ਉਹ ਉਹਨਾਂ ਦਾ ਖਾਸਾ ਹੈ। ਸਭ ਨਾਲ ਮੁਹੱਬਤ ਕਰਦੇ, ਸਭ ਨਾਲ ਜ਼ੌਕ ਸ਼ੌਕ ਲੈ ਕੇ ਨਾਲ ਚੱਲਦੇ ਨੇ। ਸਦਰ ਨੇ ਉੱਥੇ ਜੀ, ਨਹੀਂ ਸਦਰ ਨੇ ਜੀ
ਉਹ ਕਬੂਤਰ ਪਰਵਰਿਸ਼ ਦੇ ਜਿਹੜੇ ਨਾ ਉਹ ਡਾਇਰੈਕਟਰ ਬਿਲਕੁਲ ਔਰ ਇੱਕ ਚੀਜ਼ ਜਿਹੜਾ ਨਾ ਉਹ ਜਿਹੜਾ ਉਹ ਕਲੱਬ ਰਜਿਸਟਰਡ ਹੋਇਆ ਨਾ ਉਹ ਇਹਨਾਂ ਦਾ ਜੀ ਜੀ ਯੂਸਫ ਦੁੰਮੜ ਸਾਹਿਬ ਆਪਣਾ ਦੁੰਮੜ ਬਾ ਬਾਈ ਜੀ ਖਾਲਦ ਸਾਹਿਬ ਹਾਂਜੀ ਅਸਗਰ ਬਾਈ ਜੀ ਹਾਂਜੀ ਮੇਰੇ ਤਰਸ ਜੀ ਖਾਲਦ ਤੁਹਾਨੂੰ ਸਪੇਨ ਤੋਂ ਜਨਾਬ ਸਲਾਮ ਸਾਰੇ ਕਹਿ ਰਹੇ ਜੀ ਦੋਸਤ ਜੀ ਠੀਕ ਆ ਜੀ ਸ਼ਾਨ ਸ਼ੇਖ ਸਾਹਿਬ ਤੁਹਾਨੂੰ ਵਾਚ ਕਰਦੇ ਤਾਰਕ ਜੀ ਜਨਾਬ ਤੁਹਾਨੂੰ ਕਹਿ ਰਹੇ ਜੀ ਬਹੁਤ ਅੱਛਾ ਸ਼ੌਕ ਹੋ ਰਿਹਾ ਜੀ ਲਓ ਜੀ ਦੋਸਤੋ ਜੀ ਇਹ ਫਿਰੋਜ਼ਪੁਰੀ ਦਿਖਾ ਰਹੇ ਹੋ ਸਾਨੂੰ ਜੀ ਇਹ ਸ਼ਿਕਰਾ ਤੁਹਾਨੂੰ ਦਿਖਾ ਰਹੇ ਅੱਛਾ ਇਹ ਅਸਲ ਕਬੂਤਰ ਤੁਹਾਡਾ ਜੀ ਸ਼ਿਕਰਾ ਜਿਹੜਾ ਜੀ ਜਿੱਥੋਂ ਤੁਹਾਡਾ ਸ਼ੌਕ ਤੁਹਾਡਾ ਡਿਵੈਲਪ ਹੋਇਆ ਬਾਅਦ ਸ਼ਿਕਰਾ ਨਹੀਂ ਹੈਗਾ ਇਹ ਬਣਾਉਣ ਵਾਲਾ ਅਸਲ ਜਿਹੜਾ ਸ਼ਿਕਰੇ ਵੱਡੇ ਕਬੂਤਰ ਉਹ ਤੁਹਾਨੂੰ ਸ਼ੌਕ ਕਰਾਉਂਦੇ ਹਾਂ ਤਾਰਕ ਸਾਹਿਬ ਨੂੰ ਆ ਲੈਂਦੇ ਹੋ ਸੁਣਿਓ ਅੱਛਾ ਠੀਕ ਹੋਇਆ ਜੀ ਇਹ ਜਿਹੜੇ ਉਡੇ ਹੈ ਨਾ ਸਾਡੇ ਕਬੂਤਰ ਹਾਂਜੀ ਇਹ ਇੱਕ ਕਬੂਤਰ ਤੁਹਾਡੇ ਇਸ ਸੀਜ਼ਨ ਦੇ ਉਡੇ ਕਬੂਤਰ ਜਿਹੜੇ ਦਿਖਾਓ ਜੀ ਇਹ ਕੀ ਜੀ ਜੀ ਚਲੋ ਜੀ ਦੇਖੋ ਜੀ ਲਓ ਮੈਂ ਜਨਾਬ ਬਿਲਕੁਲ ਦੇਖਣਾ ਲਓ ਜੀ ਦੋਸਤੋ ਕਰੋ ਜੀ ਸ਼ੌਕ ਕਰਾ ਜੀ ਬਹੁਤ ਜ਼ਬਰਦਸਤ ਕਿਆ ਬਾਤ ਕਿਆ ਬਾਤ ਜ਼ਬਰਦਸਤ ਜ਼ਬਰਦਸਤ ਬਹੁਤ ਆਲਾ ਜੀ ਅੱਛਾ ਇਹ ਵੀ ਤੁਹਾਡਾ ਸ਼ਿਕਰੇ ਦੇ ਨਾਲ ਟੱਚ ਕਿਹੜਾ ਕੀਤਾ ਜੀ ਤਕਰੀਬਨ ਸਾਡਾ ਨਾ 75% ਕਬੂਤਰ ਜਿਹੜੇ ਸ਼ਿਕਰਿਆਂ ਦੇ ਨਾਲ ਸੈੱਟ ਕੀਤੇ ਆ ਤੇ ਇਹ ਚਿਕੜਾ ਟੱਚ ਦਿੱਤਾ ਤੁਸੀਂ ਸ਼ਿਕਰਿਆਂ ਦਾ ਹੀ ਨਹੀਂ ਟੱਚ ਸ਼ਿਕਰਿਆਂ ਦੇ ਨਾਲ ਕਿਹੜਾ ਫਿਰੋਜ਼ਪੁਰੀ ਟੱਚ ਨਾਲ ਅੱਛਾ ਜੀ ਲਓ ਜੀ ਦੋਸਤੋ ਜੀ ਇਹ ਖੁਸ਼ਕ ਪੰਜਾਂ ਦਾ ਕੋਈ ਜ਼ਿਕਰ ਬਹੁਤ ਜ਼ਿਆਦਾ ਹੁੰਦਾ ਜੀ ਸਾਡੇ ਤੁਸੀਂ ਜਿੰਨੇ ਵੀ ਕਬੂਤਰ ਦੇਖੋਗੇ ਇਨਸ਼ਾਅੱਲਾ ਤਾਲਾ ਖੁਸ਼ਕ ਪੰਜਿਆਂ ਦੇ ਹੋਣਗੇ ਜ਼ਬਰਦਸਤ ਕਿਆ ਬਾਤ ਹੈ ਜ਼ਬਰਦਸਤ ਮਜ਼ਾ ਆਇਆ ਜੀ ਕਿਆ ਬਾਤ ਹੈ ਜੀ ਮੀਆਂ ਸਾਹਿਬ ਸ਼ੌਕ ਦੇ ਹਵਾਲੇ ਨਾਲ ਤੁਸੀਂ ਕੋਈ ਹੋਰ ਗੱਲ ਨੂੰ ਪ੍ਰਮੋਟ ਕਰੋ ਪੜ੍ਹੇ ਲਿਖੇ ਬੰਦੇ ਲੱਗਦੇ ਹੋ ਤੁਹਾਡੀ ਮੇਰੀ ਫਸਟ ਮੁਲਾਕਾਤ ਆ ਜੀ ਹਾਂਜੀ ਲੇਕਿਨ ਇਸ ਤਰ੍ਹਾਂ ਇਸ ਤੋਂ ਪਹਿਲਾਂ ਨਹੀਂ ਹੋ ਰਹੀ ਇੱਕ ਦੋਸਤ ਮੇਰੇ ਨਾਲ ਵੀ ਤੁਹਾਡੇ ਨਾਲ ਬੈਠੇ ਹੋਏ ਨੇ ਜਿਸ ਤਰ੍ਹਾਂ ਮੈਂ ਕਲੀਨ ਸ਼ੇਵ ਕਦੀ ਹੁੰਦਾ ਸੀ ਉਸ ਤਰ੍ਹਾਂ ਉਹ ਵੀ ਕਲੀਨ ਸ਼ੇਵ ਨੇ ਜੀ ਇਹ ਵੀ ਬੜੇ ਭਾਈ ਆ ਅੱਛਾ ਇਹ ਚਾਈਨਾ ਹੁੰਦੇ ਆ ਅੱਛਾ ਸਭ ਤੋਂ ਵੱਡੇ ਭਾਈ ਜੀ ਹਾਂ ਨਹੀਂ ਸਭ ਤੋਂ ਵੱਡੇ ਨੇ ਚਾਚੇ ਦੇ ਬੇਟੇ ਆ ਅੱਛਾ ਤਾਂ ਭਾਈ ਨੇ ਜੀ ਭਾਈ ਨੇ ਕੀ ਨਾਮ ਇਹਨਾਂ ਦਾ ਜੀ ਸ਼ਕੀਲ ਸ਼ਕੀਲ ਭਾਈ ਕੀ ਹਾਲ ਜੀ ਠੀਕ ਠਾਕ ਜੀ ਸ਼ਕੀਲ ਭਾਈ ਤੁਸੀਂ ਵੀ ਸ਼ਕੀਨ ਬਸ ਯੋ ਤਾਂ ਨਹੀਂ ਭਾਈ ਆ ਛੋਟੇ ਬੱਜ ਲੈ ਆਉਂਦੇ ਨਾ ਉਸ ਲਈ ਆ ਜਾਂਦੇ ਆਣ ਕੇ ਦੇਖ ਲੈਂਦੇ ਆ ਮੀਆਂ ਸਾਹਿਬ ਕਬੂਤਰ ਪਰਵੀ ਜਿਹੜੀ ਹੈ ਨਾ ਮੈਂ ਕਦੀ ਬਹੁਤ ਪਹਿਲਾਂ ਸੁਣਦਾ ਹੁੰਦਾ ਸੀ ਕਿ ਗਲੋਬਲ ਵਿਲੇਜ ਯਾਨੀ ਕਿ ਇੱਕ ਦੁਨੀਆ ਸਿਮਟ ਗਈ ਹੈ ਇੱਕ ਗਾਓਂ ਦੀ ਸ਼ਕਲ ਵਿੱਚ ਕਬੂਤਰ ਪਰਵਰੀ ਜਿਹੜੀ ਹੈ ਨਾ ਉਹਨੇ ਇਸ ਦੁਨੀਆ ਨੂੰ ਬਹੁਤ ਛੋਟਾ ਕਰ ਦਿੱਤਾ ਹੁਣ ਯੂਕੇ ਵਾਲਾ ਬੰਦਾ ਵੀ ਤੁਹਾਨੂੰ ਵਾਚ ਕਰਦਾ ਪਿਆ ਸਪੇਨ ਵਾਲਾ ਬੰਦਾ ਵੀ ਤੁਹਾਨੂੰ ਵਾਚ ਕਰਦਾ ਅਮਰੀਕਾ ਵਾਲਾ ਬੰਦਾ ਵੀ ਤੁਹਾਨੂੰ ਵਾਚ ਕਰਦਾ ਪਿਆ ਅਸੀਂ ਫੈਸਲਾਬਾਦ ਬੈਠੇ ਹੋਏ ਹਾਂ ਠੀਕ ਹੈ ਜੀ ਦੁਨੀਆ ਕਿੱਡੀ ਛੋਟੀ ਹੋ ਗਈ ਹੈ ਹਾਂਜੀ ਔਰ ਇਹ ਕਬੂਤਰ ਪਰਵੀ ਦਾ ਇੱਕ ਲਿੰਕ ਐਸਾ ਲਿੰਕ ਹੈ ਜਿਹਨੇ ਦੁਨੀਆ ਨੂੰ ਬਹੁਤ ਨਜ਼ਦੀਕ ਕਰਤਾ ਸਮੇਟ ਕੇ ਨਾ ਔਰ ਤਲਕ ਜਦੋਂ ਉਹ ਦੋਸਤ ਮੈਨੂੰ ਮਿਲਦੇ ਨੇ ਜਿਹੜੇ ਪੜ੍ਹੇ ਲਿਖੇ ਹੁੰਦੇ ਨੇ ਜਿਹੜੇ ਜ਼ੌਕ ਸ਼ੌਕ 'ਚ ਆਉਂਦੇ ਨੇ ਕਿਉਂਕਿ ਮੇਰੇ ਉਸਤਾਦ ਆਪ ਬੜੇ ਪੜ੍ਹੇ ਲਿਖੇ ਸੀ ਔਰ ਜ਼ੌਕ ਸ਼ੌਕ ਨੂੰ ਪਸੰਦ ਕਰਦੇ ਸੀ ਜੀ ਤੁਸੀਂ ਕੀ ਫਰਮਾਓਗੇ ਜੀ ਦੇਖੋ ਜੀ ਅਸੀਂ ਕੀ ਫਰਮਾਉਣਾ ਇਹ ਅਸੀਂ ਤਾਂ ਇਹੀ ਕਹਿ ਰਹੇ ਤੁਹਾਨੂੰ ਅਸੀਂ ਭਾਈ ਦੇ ਸ਼ੌਕ ਨੂੰ ਨਾ ਅੱਗੇ ਲੈ ਕੇ ਤੁਰੇ ਤਕਰੀਬਨ ਜ਼ਿਆਦਾ ਸ਼ੌਕ ਅੱਛਾ ਜੀ ਅੱਜ ਮੀਆਂ ਮੇਰੇ ਨਾਲ ਦਾ ਅੱਜ ਜ਼ਿਆਦਾ ਮਜ਼ਾ ਆਉਂਦਾ ਜੀ ਬੜਾ ਮਜ਼ਾ ਆਉਂਦਾ ਬੜਾ ਮਜ਼ਾ ਆਉਂਦਾ ਕਿਆ ਬਾਤ ਸੀ ਜੀ ਹੁੰਦੇ ਬਿਲਕੁਲ ਉਹ ਤਕਰੀਬਨ ਜਮੇਰਾਤ ਵਾਲੇ ਦਿਨ ਗਏ ਅੱਜ 8 ਦਿਨ ਹੀ ਹੋਏ ਇੱਥੋਂ ਗਏ ਨੂੰ ਹਾਂਜੀ ਮੈਂ ਜਦੋਂ ਆਇਆ ਨਾ ਕੁਝ ਦਿਨ ਪਹਿਲਾਂ ਮੈਂ ਹੋ ਕੇ ਗਿਆ 3-4 ਦਿਨ ਪਹਿਲਾਂ ਉਦੋਂ ਕਿਤੇ ਨਿਕਲ ਗਏ ਸੀ ਹਾਂਜੀ ਮੇਰਾ ਪ੍ਰੋਗਰਾਮ ਸੀ ਉਹਨਾਂ ਨਾਲ ਮੁਲਾਕਾਤ ਦਾ ਲੇਕਿਨ ਹੋ ਨਹੀਂ ਸੀ ਸਕੀ ਮੁਲਾਕਾਤ ਨਾਲ ਠੀਕ ਹੈ ਇਨਸ਼ਾਅੱਲਾ ਤਾਲਾ ਮਾਰੇ ਚਾਹਣਾ ਮੁਲਾਕਾਤ ਤੁਹਾਡੀ ਜੀ ਮੈਂ ਅਸ਼ਫਾਕ ਸਾਹਿਬ ਤੁਹਾਨੂੰ ਫੈਸਲਾਬਾਦੋਂ ਦੇਖਦੇ ਪਏ ਨੇ ਜੀ ਜੀ ਠੀਕ ਹੈ ਜੀ ਮੈਰ ਸਾਹਿਬ ਜਨਾਬ ਸਾਡਾ ਵੀ ਸਲਾਮ ਲਾ ਲਓ ਜਨਾਬ ਮਲਕ ਵਕਾਰ ਸਮੁੰਦਰੀਓ ਜੀ ਅਮਜਦ ਮਹਿਮੂਦ ਬਾਈ ਦੇ ਨਾਲ ਹਫੀਜ਼ ਜੱਟ ਸਾਹਿਬ ਤੁਹਾਨੂੰ ਦੇਖਦੇ ਪਏ ਨੇ ਜੀ ਉਸਤਾਦ ਮੀਆਂ ਫੈਸਲਾ ਐਡਵੋਕੇਟ ਜਨਾਬ ਪੱਤੋ ਕੀਤਾ ਤੁਹਾਨੂੰ ਦੇਖਦੇ ਪਏ ਨੇ ਜੀ ਜਨਾਬ ਤੁਹਾਡਾ ਸਭ ਨੂੰ ਸਲਾਮ ਕਹਿਤਾ ਜੀ ਸਭ ਨੂੰ ਸਲਾਮ ਕਹਿਤਾ ਜੀ ਜੀ ਆਗਾ ਸਾਹਿਬ ਤੁਹਾਨੂੰ ਇਸ ਟਾਈਮ ਯੂਨਾਨ ਤੋਂ ਜੀ ਮੇਰਾ ਬਹੁਤ ਪਿਆਰਾ ਦੋਸਤ ਜੀ ਫੈਸਲਾਬਾਦ ਦਾ ਜੀ ਆ ਰਿਹਾ ਜੀ ਇਨਸ਼ਾਅੱਲਾ ਬਲਕਿ ਕੋਸ਼ਿਸ਼ ਕਰਾਂਗੇ ਆ ਕਿ ਆਗਾ ਬਾਈ ਤੁਹਾਨੂੰ ਛੱਤ ਦਾ ਵਿਜ਼ਿਟ ਕਰਵਾਇਆ ਜਾਏਗਾ ਜੀ ਇਨਸ਼ਾਅੱਲਾ ਤਾਲਾ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ 4 ਵਜੇ ਲਾਈਵ ਹੋਣਾ ਜੀ ਅਤੇ ਉਹਨਾਂ ਦੇ ਦੇਖਦੇ ਪਏ ਨੇ ਸਾਰਾ ਜੀ ਅੱਛਾ ਜੀ ਹੁਣ ਕੋਈ ਸ਼ੌਕ ਕਰਵਾਓਗੇ ਸਾਨੂੰ ਅੱਛਾ ਅੱਛਾ ਚਲੋ ਜੀ ਫੈਜ਼ ਚੁਸ਼ਤੀ ਸਾਹਿਬ ਤੁਹਾਨੂੰ ਸ਼ੌਕ ਨਹੀਂ ਜੀ ਯਾਰ ਸਿਰ ਦੇਖਣ ਦਾ ਸ਼ੌਕ ਹੈ ਇੱਧਰ ਤੇ ਆਵੋ ਨਾ ਤੁਹਾਨੂੰ ਦੇਖਣ ਦਾ ਸ਼ੌਕ ਤੁਸੀਂ ਨਾਲ ਤੇ ਜੁੜੇ ਹੋਏ ਨੇ ਅੱਛਾ ਭਾਈ ਹੋਰਾਂ ਦੇ ਸ਼ਕੀਲ ਭਾਈ ਦੇ ਛੋਟੇ ਭਾਈ ਨੇ ਅੱਛਾ 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 ਇਹ ਆਪਣਾ ਚੁਸ਼ਤੀ ਸਾਹਿਬ ਤੁਸੀਂ ਸ਼ੌਕ ਕਰਦੇ ਪਏ ਹੋ ਮੈਂ ਕਰਦਾ ਕਿੱਥੇ ਜੀ ਸਾਡੀ ਰਹਿਸ਼ ਜਿਹੜੀ ਗੁਰੂ ਨਾਨਕ ਪੁਰੇ ਆ ਜੀ ਤੁਸੀਂ ਤੇ ਅਸਲ ਗੜ ਰਹੇ ਹੋ ਕਬੂਤਰਬਾਜ਼ੀ ਦਾ ਤੁਹਾਡਾ ਪਿੰਡ ਤੇ ਤੁਹਾਡਾ ਪਿੰਡ ਤੇ ਫਿਰ ਹੋਇਆ ਨਾ ਆਪਣਾ ਦਲਬੀਰ ਸਿੰਘ ਵਾਲਾ ਠੀਕ ਆ ਜੀ ਉਡੀ ਸਾਈਡ ਤੇ ਗੁਰੂ ਨਾਨਕਪੁਰਾ ਸੜਕ ਦੇ ਪਰਲੀ ਸਾਈਡ ਤੇ 79 ਤੇ ਜਦੋਂ ਹਸਨ ਸਾਹਿਬ ਦੇ ਕਬੂਤਰ ਉੱਡਦੇ ਸੀ ਨਾ ਮੀਆਂ ਸਾਹਿਬ ਉੱਥੇ ਮੇਰੇ ਉਸਤਾਦ ਦੇ ਤੇ ਉਹ ਸਿੱਖਣੀਆਂ ਕਹਿੰਦੀਆਂ ਹੁੰਦੀ ਸੀ ਕਿ ਹਸਨ ਇਹ ਤੇ ਘੜੀ ਮੁੜੀ ਆਉਂਦੇ ਜਾਂਦੇ ਨੇ
ਉਹਦਾ ਨਾਂ ਘੜੀ ਮੁੜੀ ਕਬੂਤਰਾਂ ਦਾ ਤਾਂ ਪਿਆ ਸੀਗਾ ਕਿ ਉਹ ਬਾਰ ਬਾਰ ਆਉਂਦੇ ਜਾਂਦੇ ਸੀ ਅਤੇ ਉਹਨਾਂ ਨੂੰ ਘੜੀ ਮੁੜੀ ਕਹਿੰਦੇ ਸੀਗੇ ਜੀ। ਜੀ ਜਨਾਬ ਚਸ਼ੀ ਸਾਹਿਬ ਕੀ ਫਰਮਾਉਂਦੇ ਜੀ? ਸਾਡੀ ਬਾਬੂ ਹਸਨ ਸਾਹਿਬ ਦੇ ਨਾਲ ਕਈ ਦਫ਼ਾ ਮੁਲਾਕਾਤ ਹੋਈ ਜੀ। ਬੜੇ ਵੱਡੇ ਉਸਤਾਦ ਸੀ, ਬੜੇ ਦਿਲ ਰੁਬਾਰ ਉਸਤਾਦ ਸੀ। ਅਸੀਂ ਉਹਨਾਂ ਉਸਤਾਦਾਂ ਦੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕਦਰ ਕਰਦੇ ਹਾਂ। ਸਾਡੇ ਬਲਕਿ ਫੈਸਲਾਬਾਦ ਦੇ ਬਾਨੀਏ ਕਬੂਤਰਬਾਦ ਉਹ ਉਸਤਾਦ ਹੋਏ ਆ ਜੀ। ਸਭੀ ਮਹਿਫਲੋਂ ਮੇਂ ਚਰਚੇ ਹਮਾਰੇ ਹੋਂਗੇ ਇਨਸ਼ਾਅੱਲਾ ਜੀ। ਕਿਆ ਬਾਤ ਹੈ ਜੀ। ਵਾਲੇਕੁਮ ਅਸਲਾਮ ਜੀ। ਕੁਝ ਦੋਸਤ ਨਵੇਂ ਆ ਰਹੇ ਆ ਜੀ, ਸ਼ੁਕੀਨਾ ਸ਼ੁਮਾਰ ਹੋ ਰਹੇ। ਸਲਾਮ ਵਾਲੇਕੁਮ ਜੀ, ਕੀ ਹਾਲ ਹੈ ਜੀ? ਠੀਕ ਹੋ ਜੀ? ਸਲਾਮ ਵਾਲੇਕੁਮ ਜੀ, ਆ ਜਾਓ ਜੀ, ਆ ਜਾਓ ਆ ਜਾਓ। ਅੱਛਾ ਜੀ, ਜੀ ਫੈਜ਼ ਭਾਈ ਕੀ ਫਰਮਾ ਰਹੇ ਸੀ? ਬਾਬੂ ਹਸਨ ਸਾਹਿਬ ਦੀ ਬਾਤ ਕਰ ਰਿਹਾ ਸੀ ਜੀ। ਸਾਡੇ ਫੈਸਲਾਬਾਦ ਦੇ ਬੜੇ ਅੱਛੇ ਬੜੇ ਵੱਡੇ ਆਪਣਾ ਉਸਤਾਦ ਹੋਏ ਆ ਜੀ। ਅੱਛਾ, ਕੀ ਬਾਤ ਸੀ ਜੀ ਉਹਨਾਂ ਦੀ ਜੀ? ਜੀ ਠੀਕ ਹੈ ਜੀ। ਦੋਸਤੋ ਇਸ ਵਕਤ ਤੁਸੀਂ ਮੇਰੇ ਨਾਲ ਲਾਈਵ ਜਨਾਬ ਹਾਂਗਕਾਂਗ ਛੱਤ 'ਤੇ ਜੀ। ਇਹ ਤੁਸੀਂ ਉਹਨਾਂ ਦਾ ਪ੍ਰੀਵਿਊ ਦੇਖੋ ਜੀ, ਫਿਰ ਦੁਬਾਰਾ ਕੁਝ ਬਰਡ ਤੁਹਾਨੂੰ ਦਿਖਾਉਂਦੇ ਹਾਂ। ਦੋ ਮਿੰਟ ਸਿਰਫ ਠਹਿਰੋ। ਤਾਰਕ ਭਾਈ ਗਏ ਨੇ, ਉਹ ਤਾਲਾ ਲਗਾਇਆ ਉਹਨਾਂ ਨੇ ਜੀ। ਇਹ ਜੀ ਇਹਨਾਂ ਦੀ ਛੱਤ ਦਾ ਟੋਟਲ ਵਿਊ ਹੈ ਜੀ। ਔਰ ਜੇ ਮੈਂ ਆਪਣੇ ਆਪ ਨੂੰ ਵੀ ਵਿੱਚ ਲੈ ਕੇ ਆਵਾਂ ਅਤੇ ਦਿਖਾਵਾਂ, ਅਤੇ ਇਸ ਟਾਈਮ ਪੋਜੀਸ਼ਨ ਹੈ ਜੀ, ਮੇਰੇ ਨਾਲ ਦੋਸਤ ਜਿਹੜੇ ਬੈਠੇ ਹੋ ਸਾਰੇ, ਠੀਕ ਹੈ ਜੀ। ਅਤੇ ਲਓ ਜੀ, ਇਹ ਛੱਤ ਵੀ ਹੈ ਜੀ ਬੈਕ 'ਤੇ, ਤੁਹਾਨੂੰ ਜਿਹੜੀ ਨਜ਼ਰ ਆ ਰਹੀ ਹੈ ਜੀ, ਠੀਕ ਹੈ ਜੀ। ਜੀ ਜਨਾਬ, ਲਓ ਜੀ ਮੀਆਂ ਹਫੀਜ਼ ਸਾਹਿਬ ਮੇਰੇ ਨਾਲ ਨੇ ਜੀ ਇਸ ਟਾਈਮ 'ਚ ਜੀ। ਦੋਸਤੋ ਇਹ ਸਿਲਸਿਲਾ ਜਿਹੜਾ ਨਾ, ਇਹ ਰੁਕਣਾ ਤਾਂ ਨਹੀਂ, ਇਹ ਕੰਟੀਨਿਊ ਰਹਿਣਾ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਵੀਆਂ ਤੋਂ ਨਵੀਆਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ। ਕਬੂਤਰ ਪਰਵੀ ਦੇ ਹਵਾਲੇ ਨਾਲ ਨਿਤ ਨਏ ਖਿਆਲਾਤ, ਨਿਤ ਨਈ ਚੀਜ਼ਾਂ ਉਹ ਜਦੋਂ ਸ਼ਾਮਿਲ ਹੁੰਦੀਆਂ ਨੇ, ਤਾਂ ਫਿਰ ਕਬੂਤਰ ਪਰਵੀ ਜਿਹੜੀ ਨਾ ਉਹ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਅਰੂਜ 'ਤੇ ਜਾ ਰਹੀ ਹੈ ਜੀ। ਜਿੰਨਾ ਅਰੂਜ ਕਬੂਤਰ ਪਰਵੀ ਨੂੰ ਇਸ ਟਾਈਮ ਜਿੱਥੇ ਤੁਸੀਂ ਅਤੇ ਮੈਂ ਅੱਖਾਂ ਖੋਲ੍ਹ ਕੇ ਦੇਖਦੇ ਪਏ ਹਾਂ, ਜਿੰਨਾ ਅਰੂਜ ਹੁਣ ਮਿਲਿਆ ਨਾ, ਇੰਨਾ ਕਦੀ ਤਰੀਕ 'ਚ ਮਿਲਣ ਦੇਖਣ 'ਚ ਨਹੀਂ ਆਇਆ ਜੀ। ਬਿਲਕੁਲ ਨਹੀਂ ਮਿਲਿਆ। ਔਰ ਇੰਨੀਆਂ ਖੂਬਸੂਰਤ ਛੱਤਾਂ ਜੀ ਅੱਜ ਜਿੱਦਾਂ ਆਪਾਂ ਦੇਖਦੇ ਪਏ ਹਾਂ, ਔਰ ਇੰਨੇ ਖੂਬਸੂਰਤ ਲੋਕ ਜਿਹੜੇ ਕਿ ਪੜ੍ਹੇ ਲਿਖੇ ਵੀ ਲੋਕ ਸ਼ਾਮਿਲ ਹੋ ਗਏ, ਇੰਤਹਾਈ ਇਹ ਖੂਬਸੂਰਤੀ ਹੈ ਇਸ ਕਬੂਤਰ 'ਚ। ਕਬੂਤਰਬਾਜ਼ੀ ਮੇਰੇ ਸਾਹਿਬ, ਤੁਸੀਂ ਵੀ ਥੋੜ੍ਹਾ ਨਾਲ ਇੱਧਰ ਆਵੋ, ਜਿਹੜਾ ਕਿ ਨਾਲ ਲਾਵੋ, ਤੁਹਾਡਾ ਵੀ ਵਿੱਚ ਵਿਊ ਨਾਲ ਆਵੇ ਥੋੜ੍ਹਾ ਜਿਹਾ। ਹਾਂਜੀ, ਅਤੇ ਤਾਰਕ ਕਿੱਥੇ ਜੇ ਹੁਣ? ਚਲੋ ਸਾਨੂੰ ਫਿਰ ਇੱਕ ਹੋਰ ਕਬੂਤਰ ਉਹਨਾਂ 'ਚ ਦਿਖਾ ਦਿਓ, ਵੈਸੇ ਕਬੂਤਰ ਤਾਂ ਕੋਈ ਦਿਖਾਓ ਨਾ। ਹਾਂਜੀ, ਹਾਂਜੀ, ਉਹਨਾਂ 'ਚ ਸਾਨੂੰ ਐਸੇ ਕਬੂਤਰ ਹੋਰ ਵੀ ਉੱਡੇ ਸਨ ਜਿਹੜੇ, ਉਹ ਵੀ ਦਿਖਾਵੋ। ਤੁਹਾਡੇ ਕੋਲ ਲੱਖੇ ਕਬੂਤਰ ਵੀ ਬਹੁਤ ਛੋਟੇ ਸੀ, ਇੱਕ ਵੱਡਾ ਤੁਹਾਡੇ ਕੋਲ ਪਿਆ ਹੋਇਆ ਜੀ, ਛੱਤ ਵਾਲਾ ਕਬੂਤਰ ਜਿਹੜਾ। ਮੀਆਂ ਸਾਹਿਬ ਪੂਰਾ ਉਸ ਜ਼ੌਕ ਸ਼ੌਕ ਕਰਵਾਓ ਜੀ ਛੱਤ ਵਾਲਿਆਂ ਨੂੰ। ਹਾਂ, ਉਹ ਵੱਡਾ ਕਬੂਤਰ ਲਿਆ ਕੇ ਦਿਖਾਓ ਜੀ, ਉਹ ਬਹੁਤ ਜ਼ਬਰਦਸਤ ਹੈ ਜੀ। ਜੀ ਨਵੀਦ ਖੋਖਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ ਜਨਾਬ, ਤੁਹਾਡੇ ਇਹਨਾਂ ਦਿਲਾਂ ਨੂੰ ਸਾਡੇ ਵੱਲੋਂ ਵੀ ਦਿਲ ਹੀ ਸਮਝੋ। ਮੈਂ ਵੀ ਤੁਹਾਨੂੰ ਜਨਾਬ ਦਿਲ ਹੀ ਭੇਜਦਾ ਪਿਆ ਜੀ। ਇਸ ਟਾਈਮ ਉਸਤਾਦ ਮਲਕ ਮੁਨੀਰ ਸਾਹਿਬ ਜਨਾਬ ਸਾਨੂੰ, ਮਲਕ ਮੁਨੀਰ ਸਾਹਿਬ ਮੇਰਾ ਖਿਆਲ ਪਿੰਡੀ ਤੋਂ ਨੇ ਜੀ, ਸ਼ਾਇਦ ਉਹ ਦੇਖਦੇ ਪਏ ਨੇ ਜੀ ਸਾਨੂੰ ਜੀ। ਆਗਾ ਬਾਈ ਵੈਲਕਮ ਜੀ। ਜੀ ਮੁਹੰਮਦ ਅਲੀ ਡਾਰ ਸਾਹਿਬ ਸਾਡੇ ਨਾਲ ਜੀ, ਵਾਸਫ ਖਾਨ ਸਾਹਿਬ ਜੀ ਜਨਾਬ ਸਾਨੂੰ ਦੇਖਦੇ ਪਏ ਨੇ ਜੀ, ਸਲਾਮ ਜਨਾਬ ਜੀ। ਵਸੀਮ ਸ਼ਾਹ ਸਾਹਿਬ UK ਤੋਂ ਜੀ ਵੈਲਕਮ ਜਨਾਬ। ਬਲਾਲ ਹਸਨ ਰਾਜਪੂਤ ਸਾਹਿਬ ਜੀ, ਵਾਲੇਕਮ ਅਸਲਾਮ ਜਨਾਬ। ਆਗਾ ਸਾਹਿਬ ਵਾਲੇਕਮ ਅਸਲਾਮ ਜਨਾਬ, ਬਹੁਤ ਸ਼ੁਕਰੀਆ। ਦੋਸਤਾਂ ਦਾ ਨਾਲ ਰਹਿਣਾ ਵੀ ਇੱਕ ਸਾਦਤ ਹੁੰਦੀ ਹੈ ਜੀ। ਹਾਂਜੀ, ਦੋਸਤਾਂ ਦਾ ਨਾਲ ਰਹਿਣਾ। ਆਹ ਦੇਖੋ ਨਾ ਜੀ, ਹੁਣ ਪ੍ਰੋਗਰਾਮ ਨੂੰ ਚਾਰ ਚੰਦ ਲੱਗੇ ਹੋਏ ਨੇ ਜੀ, ਮੁਖਤਲਿਫ ਦੋਸਤ ਜਦੋਂ ਉਹਨਾਂ ਦਾ ਜ਼ਿਕਰ ਖੈਰ ਵੀ ਹੁੰਦਾ ਨਾਲ ਜੀ, ਠੀਕ ਹੈ ਜੀ। ਜੀ ਚੈਂਪੀਅਨ ਜਨਾਬ ਇਸ ਟਾਈਮ ਸਾਡੇ ਨਾਲ 212 ਜੀ, ਸੁਹੇਲ ਸਾਹਿਬ ਵੀ ਨਾਲ ਨੇ ਜੀ ਸਾਡੇ ਜੀ। ਸੁਹੇਲ ਸਾਹਿਬ ਮਜ਼ਾ ਆ ਰਿਹਾ ਤੁਹਾਨੂੰ ਸ਼ੌਕ ਦਾ ਜੀ? ਹਾਂਜੀ, ਜ਼ਬਰਦਸਤ ਜੀ, ਬਹੁਤ ਅਲੱਗ, ਠੀਕ ਹੋ ਗਿਆ ਜੀ। ਛੋਟੀ ਸ਼ਿਕਰੀ ਵੀ ਲਿਆਓ ਜੀ। ਮੀਆਂ ਸਾਹਿਬ, ਇੱਕ ਵੱਡਾ ਜਿਹੜਾ ਕਬੂਤਰ ਜਿਹੜਾ ਨਾ ਆਪਣਾ ਛੱਤ ਵਾਲਾ ਜਿਹੜਾ, ਉਹ ਮੈਂ ਦੋਸਤਾਂ ਨੂੰ ਦਿਖਾਉਣਾ ਚਾਹੁੰਦਾ ਜੀ। ਹਾਂਜੀ, ਉਹ ਕਬੂਤਰ ਦੋਸਤ ਕੋਲ ਮੰਗਵਾਓ, ਬਹੁਤ ਹੀ ਖੂਬਸੂਰਤ, ਔਰ ਦੋਸਤਾਂ ਦੇ ਨਾ ਇਲਮ 'ਚ ਕਾਫੀ ਇਜ਼ਾਫਾ ਹੋਏਗਾ ਜੀ। ਜੀ ਦਿਖਾਓ ਜੀ, ਇਹ ਟਾਵਰ ਵਾਲੀ ਹੈ ਜੀ ਕੋਈ ਮਾਦਾ ਜੀ? ਹਾਂਜੀ, ਇਹਦਾ ਕੀ ਟਰੈਕ ਰਿਕਾਰਡ ਜੀ? ਇਹਦੀਆਂ ਕਈ ਪ੍ਰਵਾਦਾਂ ਹਨੇਰੇ ਦੇ ਵਿੱਚ ਆ ਜੀ। ਜੀ ਠੀਕ ਹੋ ਗਿਆ ਜੀ, ਜ਼ਬਰਦਸਤ, ਕਿਆ ਬਾਤ ਹੈ, ਇਹ ਸ਼ੁਕਰੀਆ ਵੱਡੀ ਮਾਦੀ ਸਾਡੀ, ਕਿਆ ਬਾਤ ਹੈ ਜੀ, ਕਿਆ ਬਾਤ, ਜ਼ਬਰਦਸਤ, ਮਾਸ਼ਾਅੱਲਾ ਜੀ। ਨਈਮ ਖਾਨ ਸਾਹਿਬ, ਵਾਲੇਕੁਮ ਸਲਾਮ ਜਨਾਬ, ਡੇਰਾ ਗਾਜ਼ੀ ਖਾਨ ਤੋਂ, ਇਮਰਾਨ ਮੁਸਤਫਾ ਸਾਹਿਬ ਫੈਸਲਾਬਾਦ ਤੋਂ, ਵੈਲਕਮ ਜਨਾਬ, ਵੈਲਕਮ ਜੀ। ਦਿਲਸ਼ਾਦ ਸ਼ਾਹ ਸਾਹਿਬ, ਵੈਲਕਮ ਜਨਾਬ। ਜੀ ਜੀ ਭਾਜਨ ਜੀ,
ਅੱਛਾ ਇਹ ਬੇਸਿਕਲੀ ਕਬੂਤਰ ਸ਼ਾਹ ਜੀ ਹੈ ਕਿਹੜਾ ਜੀ ਚਿਸ਼ਤੀ ਸਾਹਿਬ ਸੋਰੀ ਚਿਸ਼ਤੀ ਸਾਹਿਬ ਇਹ ਜਿਹੜਾ ਕਬੂਤਰ ਹੈਗਾ ਨਾ ਜੀ ਸਾਡੇ ਸ਼ਿਕਰੇ ਕਬੂਤਰ ਹੈਗੇ ਆ ਅੱਛਾ ਇਹਨਾਂ ਦੇ ਮੈਂ ਮੁਖਤਲਿਫ ਕਲਰ ਦੇਖਦਾ ਪਿਆ ਕਬੂਤਰਾਂ ਦੀ ਖਸੂਸੀਅਤ ਇਹ ਦੇਖੋਗੇ ਇਹਨਾਂ ਦੇ ਪੰਜੇ ਜਿਹੜੇ ਨਾ ਬਿਲਕੁਲ ਖੁਸ਼ਕ ਹੋਣਗੇ ਫੁੱਲ ਦਿਖਾਓ ਪ੍ਰੀਵਿਊ ਪਤਾ ਲੱਗੇ ਕੈਸਾ ਲੱਗਦਾ ਜਾਨਵਰ ਮੇਰਾ ਖਿਆਲ ਦੋਸਤਾਂ ਦੇ ਜ਼ੌਕ ਸ਼ੌਕ 'ਚ ਇਜ਼ਾਫਾ ਹੋਇਆ ਹੋਏਗਾ ਸਮਝਦੇ ਨੇ ਜੋ ਅਸੀਂ ਦਿਖਾ ਰਹੇ ਨਾ ਉਹਨਾਂ ਨੂੰ ਮੇਰਾ ਖਿਆਲ ਉਹਨਾਂ ਨੂੰ ਸਮਝ ਆ ਰਹੀ ਹੈ ਅਸੀਂ ਕੀ ਦਿਖਾਉਣਾ ਚਾਹ ਰਹੇ ਹਾਂ ਜ਼ਬਰਦਸਤ ਜੀ ਇਹ ਵੀ ਦਿਖਾਓ ਜੀ ਇਹ ਸ਼ਿਕਰਿਆਂ ਜੀ ਨਾਲ ਇਹਦੇ ਇਹਨਾਂ ਦੇ ਵਿੱਚ ਫਿਰੋਜ਼ਪੁਰੀ ਨਹੀਂ ਲੱਗਦਾ ਜੀ ਇਹਨਾਂ 'ਚ ਕਿਹੜਾ ਟੱਚ ਕੀਤਾ ਜੀ ਕਿ ਡੱਬਾ ਵਾਲੇ ਛੱਤ ਵਾਲੇ ਲਓ ਜੀ ਛੱਤ ਵਾਲੇ ਅਤੇ ਸ਼ਿਕਰੇ ਜੀ ਲਓ ਜੀ ਚਲ ਭਾਈ ਐਂ ਲੱਗਦੇ ਨਾ ਥਰੋਟ ਸਾਰੇ ਇੱਕ ਹੀ ਤਰ੍ਹਾਂ ਦਾ ਕੁੰਦਾ ਸਾਰਾ ਇਹਨਾਂ ਦਾ ਹਾਂਜੀ ਇੱਕੋ ਹੀ ਕੁੰਦਾ ਹੀ ਸਾਰਾ ਇੱਕੋ ਹੀ ਬਲੱਡ ਆ ਇਹ ਆਪਸ ਦੇ ਵਿੱਚ ਸਾਰੇ ਅਸੀਂ ਇਹ ਪਾਏ ਆ ਕਬੂਤਰਾਂ ਦੀ ਸਭ ਤੋਂ ਅੱਛੀ ਗੱਲ ਲੱਗੀ ਨਾ ਮੈਨੂੰ ਇਹਨਾਂ ਦਾ ਬਲੱਡ ਸਾਹਿਬ ਦਾ ਹੀ ਆਲਾ ਕੋਈ ਐਸਾ ਨਹੀਂ ਤਾਂ ਦੱਸਿਆ ਨਾ ਜ਼ਬਰਦਸਤ ਮਾਸ਼ਾਅੱਲਾ ਇਹਨਾਂ ਦਾ 100 ਵੇਖ ਲਓ ਪ੍ਰੋਸਪੁਰੀ ਸ਼ਿਕਰੇ ਹਰ ਕਿਸੇ ਦੇ ਬਲੱਡ ਬਹੁਤ ਖੂਬਸੂਰਤ ਹੈ ਭਾਈ ਜ਼ਬਰਦਸਤ ਬੜੀ ਬਾਤ ਹੈ ਬਹੁਤ ਅੱਛਾ ਬਹੁਤ ਅੱਛਾ ਹਾਂਜੀ ਅੱਛਾ ਜੀ ਇਹ ਵੀ ਇਹਨਾਂ ਚੋਂ ਜੀ ਲਓ ਜੀ ਆ ਇੱਕ ਮਾਦੀ ਤੁਹਾਨੂੰ ਹੋਰ ਦਿਖਾਉਂਦੇ ਹਾਂ ਜੀ ਇਹਨੂੰ ਇਹਦਾ ਕੀ ਜ਼ਿਕਰ ਕਰਦੇ ਹੋ ਜੀ ਦੋਸਤੋ ਨਾਲ ਰਿਹੋ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਕਬੂਤਰ ਦਿਖਾਉਣਾ ਚਾਹ ਰਿਹਾ ਜੀ ਜਿਹੜਾ ਕਿ ਛੱਤ ਵਾਲਾ ਇਹਨਾਂ ਕੋਲ ਕਾਫੀ ਪੁਰਾਣਾ ਕਬੂਤਰ ਪਿਆ ਹੋਇਆ ਜੀ ਮੈਂ ਤੁਹਾਨੂੰ ਦਿਖਾਵਾਂਗਾ ਔਰ ਤੁਹਾਨੂੰ ਸ਼ੌਕ ਕਰਵਾਵਾਂਗਾ ਜੀ ਨਵੀਦ ਖੋਕਰ ਸਾਹਿਬ ਜਨਾਬ ਤੁਹਾਡਾ ਸ਼ੁਕਰੀਆ ਜੀ ਉਮਰ ਮਿਊ ਸਾਹਿਬ ਵੈਲਕਮ ਜਨਾਬ ਦਿਲਸ਼ਾਦ ਸ਼ਾਹ ਸਾਹਿਬ ਬਹੁਤ ਸ਼ੁਕਰੀਆ ਜੀ ਰਾਜਾ ਸਾਜਿਦ ਅਲੀ ਸਾਹਿਬ ਵੈਲਕਮ ਜੀ ਮਲਕ ਮੁਨੀਰ ਰਵਾਨ ਸਾਹਿਬ ਜੀ ਜਨਾਬ ਬਹੁਤ ਸ਼ੁਕਰੀਆ ਜੀ ਕਿਆ ਬਾਤ ਹੈ ਚਿਸ਼ਤੀ ਸਾਹਿਬ ਮਜ਼ਾ ਆ ਗਿਆ ਮਜ਼ਾ ਆ ਗਿਆ ਇਹ ਮਾਦੀਆਂ ਉਹ ਆ ਜਿਹੜੀਆਂ ਸਾਡੀਆਂ ਸ਼ਾਮ ਸ਼ਾਮ ਤੱਕ ਹਨੇਰਿਆਂ ਦੇ ਵਿੱਚ ਬੈਠੀਆਂ ਹੋਈਆਂ ਵਾ ਇਹ ਯਕੀਨਨ ਤੁਹਾਡੀ ਗੱਲ ਜਿਹੜੀ ਹੈ ਨਾ ਉਹ ਐਕਸੈਪਟੇਬਲ ਹੈਗੀ ਹੈ ਜੀ ਬਾਕੀ ਜੋੜੇ ਵਾਲੇ ਕਬੂਤਰਾਂ ਦਾ ਤੁਹਾਨੂੰ ਸ਼ੌਕ ਕਰਾਉਂਦੇ ਹਾਂ ਜੀ ਲਿਓ ਜ਼ਰਾ ਸਾਰ ਸਾਹਿਬ ਆ ਲੈਂਦੇ ਹੋ ਜੀ ਠੀਕ ਹੋ ਗਿਆ ਜੀ ਕਿਆ ਬਾਤ ਚਲੋ ਕੋਈ ਗੱਲ ਨਹੀਂ ਆ ਲੈਂਦੇ ਕੋਈ ਬਾਤ ਨਹੀਂ ਸਰ ਕੋਈ ਗੱਲ ਨਹੀਂ ਖੈਰ ਠੀਕ ਹੈ ਜ਼ਬਰਦਸਤ ਇਹਦੀ ਅੱਖਾਂ ਦਿਖਾਓ ਜੀ ਹਾਂ ਜੀ ਅੱਖ ਦਾ ਜ਼ਿਕਰ ਲਓ ਜੀ ਲਾਉਂਦੇ ਆ ਹਲੇ ਵੀ ਲਓ ਜੀ ਕਿਆ ਬਾਤ ਹੈ ਜ਼ਬਰਦਸਤ ਮਜ਼ਾ ਆ ਗਿਆ ਜੀ ਬਹੁਤ ਆਲਾ ਜੀ ਮਾਸ਼ਾਅੱਲਾ ਜੀ ਇਹ ਇਹ ਤੁਸੀਂ ਸਾਰੇ ਬਿਨੂ ਬਰਡ ਉਹ ਦਿਖਾ ਰਹੇ ਹੋ ਜਿਹੜੇ ਇਸ ਸੀਜ਼ਨ 'ਚ ਬਹੁਤ ਛੋਟੇ ਆ ਬਹੁਤ ਛੇੜੇ ਆ ਸ਼ਾਮ ਸ਼ਾਮ ਤੱਕ ਦੀ ਇਹਨਾਂ ਦੀਆਂ ਪਰਵਾਦਾਂ ਨੇ ਜੀ ਫੈਸਲਾਬਾਦ 'ਚ ਹੁਣ ਵੈਸੇ ਲੋਕਾਂ ਦੇ ਸ਼ਾਮ ਨੂੰ ਕਬੂਤਰ ਬਹੁਤ ਬੈਠਦੇ ਪਈਆਂ ਸਾਹਿਬ ਹਨ ਜੀ ਕਾਫੀ ਲੋਕਾਂ ਦੇ ਬੈਠਦੇ ਆ ਤਕਰੀਬਨ ਹੁਣ ਤੇ ਇੱਕ ਬਾਅਦ ਜਿਹੜੀ ਆ ਉਹ ਸ਼ਾਮ ਤੱਕ ਹੋ ਗਈ ਸਾਰੀ ਜੀ ਹਾਂਜੀ ਜੀ ਹੁਣ ਤਾਂ ਸ਼ਾਮ ਨੂੰ 7 ਵਜੇ ਵੀ ਬੰਦਾ ਬਿਠਾ ਕੇ ਕਹਿ ਨਹੀਂ ਸਕਦਾ ਵੀ ਮੈਂ ਜਿੱਤ ਗਿਆ ਮੈਂ ਜਿੱਤ ਜਾਣਾ ਜੀ ਬਹੁਤ ਅੱਛਾ ਕਿਉਂ ਜੀ ਬਹੁਤ ਆਲਾ ਬਹੁਤ ਆਲਾ ਜੀ ਕੁਝ ਦੋਸਤ ਨਏ ਆ ਰਹੇ ਜੀ ਕੋਈ ਤਾਰਫ ਕਰਵਾ ਦਈਏ ਥੋੜ੍ਹਾ ਜਿਹਾ ਜੀ ਮੀਆਂ ਸਾਹਿਬ ਬਜ਼ੁਰਗ ਆਏ ਨੇ ਜੀ ਅਸਲਾਮ ਵਾਲੇਕਮ ਜੀ ਕੀ ਨਾਂ ਜੀ ਸਰਫਰਾਜ਼ ਸਾਹਿਬ ਜੀ ਲਓ ਜੀ ਤਾਰਕ ਭਾਈ ਆ ਗਏ ਨੇ ਜੀ ਤਾਰਕ ਭਾਈ ਜਿਹੜਾ ਸਾਨੂੰ ਇੱਕ ਛੱਤ ਵਾਲਾ ਕਬੂਤਰ ਦਿਖਾ ਫਿਰ ਮੈਂ ਵਾਈਂਡ ਅਪ ਕਰਾਇਆ ਨੂੰ ਜੀ ਲਿਆ ਕੇ ਦਿਖਾਓ ਜੀ ਜੀ ਦੋਸਤੋ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਵਾਚ ਕਰਦੇ ਪਏ ਹੋ ਜੀ ਸ਼ਫੀਕ ਰਾਣਾ ਸਾਹਿਬ ਫੈਸਲਾਬਾਦ ਦੇ ਬਾਬੇ ਮੈਂ ਬਾਬਾ ਜੀ ਕਹਿੰਦਾ ਉਹਨਾਂ ਨੂੰ ਜੀ ਰਫੀਕ ਕਵੇਤੀਆ ਸ਼ਫੀਕ ਉਹਨਾਂ ਦਾ ਬੇਟਾ ਸਾਨੂੰ ਕਵੇਤੋਂ ਇਸ ਟਾਈਮ ਵਾਚ ਕਰਦਾ ਪਿਆ ਜੀ ਔਰ ਸਲਾਮ ਆ ਜੀ ਸਾਰਿਆਂ ਨੂੰ ਜੀ ਨਈਮ ਖਾਨ ਦਾ ਵੀ ਸਭ ਭਾਈਆਂ ਨੂੰ ਸਲਾਮ ਆ ਜੀ ਨਈਮ ਖਾਨ ਡੇਰਾ ਗਾਜ਼ੀ ਖਾਨ ਤੋਂ ਜੀ ਮੇਰੇ ਬੜੇ ਅੱਛੇ ਦੋਸਤ ਨੇ ਜੀ ਇਮਰਾਨ ਮੁਸਤਫਾ ਮੇਰਾ ਭਾਈ ਹੈ ਜੀ ਉਹ ਇੱਥੇ ਫੈਸਲਾਬਾਦ ਘਾਟਾ ਲਿਆਉਂਦੇ ਨੇ ਜੀ ਉਹ ਵੀ ਸਾਨੂੰ ਦੇਖਦੇ ਪਏ ਨੇ ਜੀ ਮਲਕ ਮੁਨੀਰ ਰਵਾਨ ਸਾਹਿਬ ਸਾਡੇ ਨਾਲ ਨੇ ਜੀ ਨਈਮ ਖਾਨ ਸਾਹਿਬ ਸਾਡੇ ਨਾਲ ਨੇ ਜੀ ਕਾਦੀ ਸ਼ਹਿਜ਼ਾਦ ਸਾਹਿਬ ਸਾਡੇ ਨਾਲ ਨੇ ਜੀ ਬਹੁਤ ਸ਼ਹਿਜ਼ਾਦ ਮਹਿਮੂਦ ਸਾਹਿਬ ਜੀ ਜੀ ਲਓ ਦੋਸਤੋ ਇਹ ਉਹ ਕਬੂਤਰ ਆ ਗਿਆ ਜਿਹੜਾ ਸ਼ਾਹਕਾਰ ਜਿਹੜਾ ਮੈਨੂੰ ਬਹੁਤ ਪਸੰਦ ਆ ਜੀ
ਮੇਰਾ ਖਿਆਲ ਹੈ ਕਿ ਤੁਹਾਨੂੰ ਇਹ ਕਬੂਤਰ ਦੇਰ ਤੱਕ ਯਾਦ ਰਹੇਗਾ। ਇਹ ਕਬੂਤਰ ਦਿਖਾਉਣ ਤੋਂ ਬਾਅਦ ਮੈਂ ਕਬੂਤਰ ਜਿਹੜਾ ਨਾ ਪ੍ਰੋਗਰਾਮ ਵਾਈਂਡ ਅਪ ਕਰਾਂਗਾ ਜੀ, ਔਰ ਮੈਂ ਜ਼ਿਆਦਾ ਕਬੂਤਰ ਬਾਅਦ 'ਚ ਨਹੀਂ ਦਿਖਾਵਾਂਗਾ ਜੀ। ਲਓ ਦੋਸਤੋ, ਇਹ ਛੱਤ ਵਾਲਾ ਕਬੂਤਰ ਮੀਆਂ ਸਾਹਿਬ, ਕਿੰਨੀ ਕੁ ਦੇਰ ਦਾ ਤੁਹਾਡੇ ਕੋਲ ਪਿਆ ਜੀ? 8 ਤੋਂ 10 ਸਾਲ ਦਾ ਤੁਹਾਡੇ ਕੋਲ ਕਬੂਤਰ ਦੇ ਪਿਆ ਹੋਇਆ ਜੀ। ਇਹਦੇ 'ਚ ਤੁਹਾਡਾ ਬਰੀਡ ਦੇ ਵਿੱਚ ਬਹੁਤ ਹਿੱਸਾ ਹੈ ਇਸ ਕਬੂਤਰ ਦਾ, ਠੀਕ ਹੈ ਨਾ ਜੀ? ਬਹੁਤ ਜ਼ਿਆਦਾ ਹਿੱਸਾ, ਬਿਲਕੁਲ ਜੀ। ਲਓ ਦੋਸਤੋ, ਹੁਣ ਇਹ ਕਬੂਤਰ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਨਾ, ਇਹ ਸ਼ਾਹਕਾਰ ਕਬੂਤਰ ਜੀ। ਪਹਿਲਾਂ ਤਾਂ ਮੈਂ ਤੁਹਾਨੂੰ ਇਹਦੇ ਕੁੰਦੇ ਦਿਖਾਉਣਾ ਜੀ। ਇਹਨਾਂ ਨੂੰ ਕਹਿੰਦੇ ਨੇ ਜੀ ਛੱਤ ਵਾਲੇ ਕਬੂਤਰ ਜੀ, ਕਹਿੰਦੇ ਨਹੀਂ ਹੈ ਹੀ ਛੱਤ ਵਾਲਾ ਜੀ। ਔਰ ਇਸ ਕਬੂਤਰ ਦੇ ਵਿੱਚ ਰਾਈ ਦੇ ਦਾਣੇ ਜਿੰਨਾ ਵੀ ਮੇਲ ਨਹੀਂ ਹੋਵੇਗਾ, ਇਹ ਪਿਓਰ ਛੱਤ ਵਾਲਾ ਕਬੂਤਰ ਹੈ। ਜ਼ਬਰਦਸਤ ਦੋਸਤੋ, ਜਿਨ੍ਹਾਂ ਦੋਸਤਾਂ ਨੇ ਛੱਤ ਵਾਲੇ ਕਬੂਤਰ ਕੰਮ ਦੇਖੇ ਨਾ, ਉਹ ਅੱਜ ਕਬੂਤਰ ਦੇਖ ਲੈਣ, ਉਹਨਾਂ ਨੂੰ ਮਜ਼ਾ ਆਏਗਾ ਜੀ। ਦਿਖਾਵੋ ਜੀ ਇਹਦੀ, ਇਹਦਾ ਪੂਰਾ ਵਿਊ ਵੀ ਦਿਖਾਵੋ ਉੱਪਰੋਂ ਸਾਰਾ, ਜਿਹੜਾ ਨਾ ਫਰੰਟ ਦਾ ਮੈਂ ਦਿਖਾਵਾਂ ਦੋਸਤਾਂ ਨੂੰ ਕਿ ਉਹ ਕੈਸੇ ਲੱਗਦੇ ਇਹਨਾਂ ਨੂੰ ਜੀ। ਲਓ ਜੀ, ਨੀਚੇ ਕਰੋ ਥੋੜ੍ਹਾ, ਇੱਥੇ ਇੱਥੇ ਲੈ ਕੇ ਆਓ, ਇੱਥੇ ਬਸ ਪਾ, ਹਾਂ ਠੀਕ ਹੈ ਜੀ। ਲਓ ਜੀ ਇਹਦੀਆਂ ਅੱਖਾਂ ਦਿਖਾਓ ਜੀ, ਜਿਹੜਾ ਖਾਸ ਜਿਹੜਾ ਨਾ ਇਹਦਾ, ਉਹ ਫਿਰ ਮਜ਼ਾ ਆਏਗਾ ਨਾ ਜੀ। ਲਓ ਜੀ ਦੋਸਤੋ, ਸਾਡਾ ਇਹ ਦਾਅਵਾ ਵਾ ਜੀ, ਤੈਨੂੰ ਹੱਥ ਦੇ ਵਿੱਚ ਚਿਰਾਗ ਫੜ ਕੇ ਤੁਰ ਪਾਓ, ਐਸੇ ਕਬੂਤਰ ਨਹੀਂ ਲੱਭਣਗੇ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਇੱਦਾਂ ਦੇ ਨਾਯਾਬ ਕਬੂਤਰ ਬਹੁਤ ਕੰਮ ਦੇਖਣ ਨੂੰ ਮਿਲਦੇ, ਮਾਸ਼ਾਅੱਲਾ। ਲਓ ਜੀ ਦੋਸਤਾਂ ਨੇ ਇਸ ਟਾਈਮ ਜਿਹੜਾ ਇਹ ਸ਼ੌਕ ਕੀਤਾ ਜੀ, ਇਹ ਛੱਤ ਵਾਲੇ ਕਬੂਤਰਾਂ ਦਾ ਕੀਤਾ ਜੀ। ਕਿਆ ਬਾਤ ਹੈ, ਜ਼ਬਰਦਸਤ, ਕਿਆ ਮਜ਼ਾ ਮਜ਼ਾ, ਕਿਆ ਬਾਤ ਹੈ ਜੀ। ਇੱਕ ਫਿਰੋਜ਼ਪੁਰੀ ਕਬੂਤਰ ਆ ਜੀ, ਉਹ ਵੀ ਮੈਨੂੰ ਬੜਾ ਪਸੰਦ ਸੀਗਾ ਜੀ। ਉਹ ਵੱਡਾ ਫਿਰੋਜ਼ਪੁਰੀ ਲਿਆ ਯਾਰ ਜੀ, ਆਹ ਫੜੋ ਪਹਿਲੇ ਫਿਰੋਜ਼ਪੁਰੀ ਦੇ। ਲਓ ਜੀ ਨਾਯਾਬ ਫਿਰੋਜ਼ਪੁਰੀ ਜੀ, ਇਹਦਾ ਵੀ ਤੁਹਾਨੂੰ ਮਜ਼ਾ ਆਏਗਾ ਜੀ। ਚਿਸਾ ਮੇਰਾ ਪਹਿਲਾਂ, ਹਾਂ ਬਿਲਕੁਲ ਬਸ ਠੀਕ, ਹਾਂ ਬਿਲਕੁਲ ਠੀਕ ਹੈ, ਬਿਲਕੁਲ। ਲਓ ਜੀ ਫਿਰੋਜ਼ਪੁਰੀ ਦਾ ਸ਼ੌਕ ਕਰੋ ਜੀ, ਜ਼ਬਰਦਸਤ, ਕਿਆ ਬਾਤ, ਆਲਾ ਜੀ। ਲਓ ਜੀ ਦਿਖਾਓ ਜੀ ਇਹਨਾਂ ਦੀ ਅੱਖਾਂ ਵੀ ਦਿਖਾਓ ਸਾਨੂੰ ਜੀ, ਫਿਰ ਅੱਖ ਦਿਖਾਉਂਦੇ ਹਾਂ, ਫਿਰ ਪੰਜੇ ਵੀ ਵਿਖਾਉਂਦੇ ਹਾਂ ਜੀ, ਠੀਕ ਹੋ ਗਿਆ ਜੀ। ਲਓ ਜੀ ਦਿਖਾਓ ਜੀ ਅੱਖ ਸਾਨੂੰ, ਲਓ ਜੀ ਨਾਯਾਬ ਫਿਰੋਜ਼ਪੁਰ ਜੀ ਦੇਖੋ ਜੀ, ਨਾਯਾਬ ਕੱਲਾ ਜ਼ਰਾ ਨਜ਼ਰ ਆਵੇਗਾ ਤੁਹਾਨੂੰ ਅੱਖ 'ਚ ਇਨਸ਼ਾਅੱਲਾ। ਲਓ ਜੀ ਹਾਂਗਕਾਂਗ ਛੱਤ ਵਾਲਿਆਂ ਦੇ ਫਿਰੋਜ਼ਪੁਰ ਜੀ, ਕਿਆ ਬਾਤ, ਜ਼ਬਰਦਸਤ, ਕਿਆ ਬਹੁਤ ਆ, ਇਹਨਾਂ ਦੇ ਪੰਜ ਦਿਖਾਓ ਜੀ। ਆਗਾ ਸਾਹਿਬ ਕੋ ਕਮੈਂਟ ਕਰੋ ਇਸ ਤੇ, ਤੁਸੀਂ ਮੈਨੂੰ ਦੇਖਦੇ ਪਏ ਹੋ, ਜੀ ਸਰ ਕੀ ਦਿਖਾ ਰਹੇ ਜੀ ਫਿਰ ਜੀ ਹੁਣ ਜੀ ਜੀ, ਠੀਕ ਹੈ ਜੀ। ਲੋ ਜੀ ਕਿਆ ਬਾਤ ਹੈ, ਲੋ ਜੀ ਇੱਕ ਬਹੁਤ ਹੀ 100 ਨੰਬਰ ਆ ਜੀ, ਇਹ ਸਾਡੇ 100 ਨੰਬਰ ਟੈਡੀ ਆ ਜੀ, ਇਹ ਹੋਵੇ ਜੀ ਜਿਹਨੂੰ ਕਹਿੰਦੇ ਨੇ ਜੀ 20 ਤੇ 20 ਪਰ ਚੰਗੇ ਨੇ, ਇਹ ਉਹ ਬੱਚਾ, ਕਿਆ ਬਾਤ ਹੈ ਜੀ, ਲਾਜਵਾਬ, ਜ਼ਬਰਦਸਤ। ਦਿਖਾਓ ਜੀ ਇਹ ਟੈਡੀ ਕਿੰਨੇ ਪਰ ਦਾ ਜੇ, ਤਿੰਨ ਕੁ ਪਰ ਦਾ ਚਾਰ ਪਰ ਦਾ ਲੱਗਦਾ ਜੀ ਠੀਕ ਹੈ, ਠੀਕ ਹੋ ਗਿਆ ਜੀ, ਮਜ਼ਾ ਆਇਆ ਜੀ, ਕਿਆ ਬਾਤ ਹੈ, ਤੁਹਾਡੇ ਗੋਲਡਨਾਂ ਦੀ ਜੀ। ਲਓ ਜੀ ਤਰਕ ਸਾਹਿਬ ਦੇ ਗੋਲਡਨ ਜੀ ਦਿਖਾਓ ਜੀ, ਲਓ ਜੀ ਦੇਖੋ ਸਾਡੇ 25 ਨੰਬਰ ਜੀ, 25 ਨੰਬਰ ਗੋਲਡਨ ਜੀ। ਦੋਸਤੋ ਮੇਰਾ ਖਿਆਲ ਹੈ ਇਸ 'ਤੇ ਕੋਈ ਕਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ,
ਤੁਸੀਂ ਖੁਦ ਇਮੈਜਿਨ ਕਰੋ ਕਿ ਕੀ ਹੋ ਸਕਦਾ ਹੈ, ਇਹਨਾਂ ਦੇ ਪਰ ਕੈਸੇ ਹੈ, ਜਿਹੜੇ ਜ਼ੌਕ ਸ਼ੌਕ ਰੱਖਣ ਵਾਲੇ ਆ ਉਹ ਖੁਦ ਬਿਆਨ ਕਰ ਸਕਦੇ ਆ ਕਿ ਕੀ ਹੋਏਗਾ। ਮਜ਼ਾ ਆ ਗਿਆ ਮਾਸ਼ਾ ਅੱਲਾਹ, ਕਿਆ ਬਾਤ, ਦਿਖਾਓ ਜੀ। ਇਹ ਇਹ ਵੀ ਉੱਡਿਆ ਜੀ ਤਾਰਕ ਭਾਈ? ਨਹੀਂ। ਅੱਛਾ, ਇਹ ਨਏ ਜੋੜਿਆਂ ਵਾਲੇ ਵਾਲੀ ਮਾਦੀ ਹੈ ਜੀ? ਇਹ ਤੇ ਮੈਨੂੰ ਲੱਗਦੇ ਨਹੀਂ ਉਹਨਾਂ ਦੇ ਵਿੱਚ ਜਿੱਦਾਂ ਅਲੀ ਵਾਲੇ ਹੈ ਨਾ। ਅੱਛਾ ਠੀਕ ਹੋ ਗਿਆ। ਲਓ ਜਨਾਬ, ਅਲੀ ਵਾਲੇ ਅਤੇ ਇੱਥੇ ਮੁਕਾਮੀ ਕਬੂਤਰਾਂ ਦਾ ਮੇਲ ਹੈ ਜੀ। ਕਿਆ ਬਾਤ ਹੈ ਜੀ, ਸਵਾਦ ਆ ਗਿਆ ਜੀ ਮਾਸ਼ਾ ਅੱਲਾਹ। ਲਓ ਜੀ, ਇਹ ਕਿਹੜੇ ਨੇ ਤਾਰਕ ਭਾਈ? ਲਓ ਜੀ, ਮੀਆਂ ਸਾਹਿਬ ਰਾਂ ਦੇ ਟੈਡੀ ਜਨਾਬ। ਇਹ ਮੇਰਾ ਖਿਆਲ ਪਹਿਲਾਂ ਤਾਂ ਕਹੀ ਹੈ ਬਹੁਤ ਆਊਟ ਕਲਾਸ ਬੰਦਾ ਜੀ ਮਾਸ਼ਾ ਅੱਲਾਹ, ਕਿਆ ਬਾਤ। ਜੀ ਇਸ ਤਰ੍ਹਾਂ ਹੀ ਹੈ ਜੀ, ਬਜ਼ੁਰਗ ਆਏ ਸਨ, ਸ਼ੌਕੀਨ ਹੈ ਜੀ? ਖਾਣਾ ਸਾਨੂੰ ਤੁਸੀਂ ਖਵਾ ਰਹੇ ਹੋ ਅੱਜ, ਹੈ ਨਾ? ਅੱਜ ਦਾ ਬਿਲਕੁਲ ਸਹੀ ਗੱਲ ਹੋ ਗਈ। ਕੀ ਨਾਂ ਤੁਹਾਡਾ? ਅਮਰ ਭਾਈ, ਸ਼ੌਕ ਕਰਦੇ ਹੋ? ਸ਼ੌਕ ਤਾਂ ਸਾਰਿਆਂ ਨੂੰ ਪੈ ਜਾਂਦਾ ਛਾਤੇ ਆਣ ਕੇ, ਹੈ ਨਾ? ਤੁਹਾਡਾ ਕੀ ਨਾਂ ਜੀ? ਮੁਨੀਰ ਭਾਈ। ਅੱਛਾ ਜੀ, ਸਹੀ। ਲਓ ਜੀ, ਮੀਆਂ ਸਾਹਿਬ ਹੁਣ ਖੁਦ ਹੀ ਸ਼ੌਕ ਕਰਵਾ ਰਹੇ ਜੀ, ਅੱਜ ਤੇ ਕਿਹਾ ਸੀ ਕਿ ਬੇਸ਼ੱਕ ਹੁਣ ਘਟਾ ਦਿਓ ਸ਼ੌਕ। ਕਬੂਤਰ ਆਇਆ ਜੀ, ਦੇਖੋ। ਲਓ ਜੀ, ਮੀਆਂ ਸਾਹਿਬ ਕਿਹੜਾ ਜੇ? ਲਓ ਜੀ ਦੋਸਤੋ, ਡੱਬ ਵਾਲੇ ਵੀ ਨਾਜਾਬ ਆ ਜੀ, ਇਹ ਤੁਸੀਂ ਦੇਖੋਗੇ ਤੁਹਾਡਾ ਸ਼ੌਕ ਵਧੇਗਾ ਇਨਸ਼ਾਅੱਲਾ। ਦੇਖੋ ਜੀ, ਇਹ ਡੇਢ ਕੁੰਦੇ ਦੇ ਕਬੂਤਰ ਆ, ਇਹਨਾਂ ਦੀਆਂ ਬਗਲਾਂ ਚੈੱਕ ਕਰ ਲਓ, ਕੁੰਦੇ ਚੈੱਕ ਕਰ ਲਓ, ਬਹੁਤ ਘੱਟ ਕਬੂਤਰ ਐਸੇ ਹੋਣਗੇ। ਇਹਨਾਂ ਨੂੰ ਅਸੀਂ ਜਿਹੜੇ ਨਾ ਉਸ ਆਮ ਚੀਜ਼ ਇਹਨਾਂ ਦੇ ਮੁਤਾਲਕ ਗੁਫਤਗੂ ਕਰਦੀ ਹੈ ਕਿ ਇਹਦੇ 10 ਤੇ 10 ਇੱਕ ਤਰ੍ਹਾਂ ਦੇ ਪਰ, ਠੀਕ ਆ ਜੀ। ਇਹ ਇੱਧਰ ਆਓ ਜੀ, ਆਪਣਾ 20 ਦੇ 20 ਜੀ, 20 ਦੇ 20 ਟੋਟਲ ਟੋਟਲ। ਲਓ ਦੋਸਤੋ, ਇਹ ਨਾਯਾਬ ਕੁੰਦਾ ਜਿੰਨਾ ਦੇ ਨਾਲ ਵੀ ਲੱਗਾ ਹੋਏਗਾ, ਮੈਂ ਤਾਂ ਵੈਸੇ ਬਹੁਤੀ ਗੱਲਾਂ ਤਾਂ ਵੱਡੀਆਂ ਨਹੀਂ ਕਰਦਾ, ਲੇਕਿਨ ਇਹ 4 ਘੰਟਾ ਘਰ ਨੂੰ ਵੀ ਲੱਗਾ ਹੋਵੇ ਨਾ ਤਾਂ 4 ਘੰਟਾ ਘਰ ਵੱਢਣ ਲੱਗ ਪਵੇ, ਠੀਕ ਹੈ ਜੀ। ਕਿਉਂਕਿ ਇਹਨਾਂ ਦੀ ਸ਼ੇਪ ਦੇਖੋ ਨਾ ਤੁਸੀਂ, ਚਿਸ਼ੀ ਸਾਹਿਬ, ਇਹਦੀ ਸ਼ੇਪ ਦੇਖਦੇ ਪਏ ਹੋ ਤੁਸੀਂ? ਕਿਆ ਬਾਤ ਹੈ ਜੀ, ਇਹਨਾਂ ਦੀ ਸ਼ੇਪ ਦੀ ਕਿਆ ਬਾਤ ਹੈ। ਇੱਕ ਇਹ ਦਿਖਾਓ ਜੀ ਇਹਨਾਂ ਨੂੰ, ਇਹਨਾਂ ਦੀ ਅੱਖਾਂ ਦਿਖਾਓ ਜੀ ਮੈਨੂੰ ਜੀ, ਡੱਬ ਵਾਲਿਆਂ ਦੀ। ਅੱਛਾ, ਮੇਰਾ ਹਮੇਸ਼ਾ ਇਖਤਲਾਫ ਰਿਹਾ ਜੀ ਕਿ ਡੱਬ ਵਾਲੇ ਕਦੇ ਲਾਲ ਅੱਖਾਂ ਦੇ ਨਹੀਂ ਹੁੰਦੇ ਜੀ। ਇੰਨਾ ਆਊਟ ਕਲਾਸ ਡੱਬ ਵਾਲਾ ਜੀ, ਕਿਆ ਬਾਤ, ਮਜ਼ਾ ਆ ਗਿਆ ਜੀ ਮਾਸ਼ਾ ਅੱਲਾਹ, ਕਿਆ ਬਾਤ, ਜ਼ਬਰਦਸਤ। ਬਿਲਕੁਲ ਦਿਖਾਵਾਂਗੇ ਜਨਾਬ, ਕਿਉਂ ਨਹੀਂ ਜੀ। ਲਓ ਜੀ, ਡੱਬ ਵਾਲਿਆਂ ਦਾ ਕਰੋ ਜੀ ਸ਼ੋਅ, ਬਹੁਤ ਆਲਾ ਜੀ। ਜੀ ਤਾਰਕ ਭਾਈ, ਇਹ ਛੋਟਾ ਪਠਾਰਾ ਜੀ, ਇਹਦਾ ਭਰਾ ਜੀ, ਇਹਦਾ ਇਹ ਜਿਹੜਾ ਕਬੂਤਰ ਤੁਹਾਨੂੰ ਡੱਬ ਵਾਲਾ ਦਿਖਾਇਆ ਉਹਦਾ ਛੋਟਾ ਪੱਠਾ ਵਾ। ਅੱਛਾ, ਉਹ ਰਾ ਜੀ, ਇਹ ਇਹ ਟੱਚ ਭਰਾ ਜੀ ਜੀ, ਦਿਖਾਵੋ ਜੀ ਇਹ ਵੀ। ਲਓ ਜੀ, ਜ਼ਬਰਦਸਤ। ਲਓ ਜੀ, ਗੁਜਰਾਂ ਵਾਲੇ ਦੇ ਬਹੁਤ ਵੱਡੇ ਉਸਤਾਦ ਜਨਾਬ ਆਜ਼ਮ ਪਹਿਲਵਾਨ ਦੇ ਖਲੀਫਾ, ਉਹਨਾਂ ਦੇ ਬਣਾਏ ਹੋਏ ਉਸਤਾਦ ਬਾਊ ਰਮਜ਼ਾਨ ਸਾਹਿਬ, ਉਹ ਤੁਹਾਡੇ ਕਬੂਤਰਾਂ ਨੂੰ ਇਸ ਟਾਈਮ ਦੇਖ ਰਹੇ ਨੇ ਜੀ। ਅਤੇ ਮੇਰੇ ਲਈ ਇਹ ਖੁਸ਼ਕਿਸਮਤੀ ਹੈ ਕਿ ਐਡੇ ਵੱਡੇ ਉਸਤਾਦ ਜਿਹੜੇ ਮੈਨੂੰ ਵਾਚ ਕਰਦੇ ਪਏ ਨੇ, ਕਿਉਂਕਿ ਉਹਨਾਂ ਦਾ ਇੱਕ ਨਾਂ ਹੈ ਆਜ਼ਮ ਪਹਿਲਵਾਨ ਦਾ, ਬਿਲਾ ਸ਼ੱਕ ਸ਼ੁਬਾ। ਔਰ ਫੌਤ ਹੋਣ ਤੋਂ ਪਹਿਲਾਂ ਉਹਨਾਂ ਨੇ ਪੂਰੇ ਪਾਕਿਸਤਾਨ ਦੇ ਜਿੰਨੇ ਅੱਛੇ ਅੱਛੇ ਉਸਤਾਦ ਸੀ ਨਾ, ਉਹਨਾਂ ਨੇ ਬਿਨ ਕੀਤਾ ਸੀ। ਹਾਂਜੀ, ਆਜ਼ਮ ਪਹਿਲਵਾਨ, ਕਿਆ ਬਾਤ ਆ, ਬੜੇ ਨਫੀਸ ਅਤੇ ਬੜੇ ਦਰਵੇਸ਼ ਆਦਮੀ ਸੀ ਜੀ ਉਹਨਾਂ ਦੇ, ਜਿਹੜੇ ਨਾ ਬਣਾਏ ਉਸਤਾਦ ਉਸ ਟਾਈਮ ਜਦੋਂ ਇਹਨਾਂ ਨੂੰ ਖਿਲਾਫਤ ਮਿਲੀ ਸੀ ਨਾ, ਜਾਂ ਉਹ ਮਿਲਿਆ ਸੀ ਇਹਨਾਂ ਦਾ ਉਹ ਜਿਹੜਾ ਝੰਡਾ ਵਗੈਰਾ, ਉਦੋਂ ਮੈਂ ਉਧਰ ਨੂੰ ਪ੍ਰੋਗਰਾਮ ਸ਼ਾਮਲ ਸੁਣਾ ਜੀ, ਬਾਊ ਸਾਹਿਬ ਤੁਹਾਨੂੰ ਦੇਖਦੇ ਪਏ ਨੇ ਜੀ ਉਹ ਵੀ। ਲਓ ਜੀ ਜਨਾਬ, ਇਹ ਕਿਹੜਾ ਜੀ? ਇਹ ਵੀ ਭਰਾ ਜੀ, ਡੱਬਾ ਨਾਲ ਕੋਈ ਮਿਕਸ ਆ ਗਿਆ, ਇਕੱਲਾ ਡੱਬਾ ਲਈ ਹੈ? ਦਿਖਾਓ ਜੀ ਇਹਨਾਂ ਦੀ ਅੱਖਾਂ ਵੀ, ਦਿਖਾਓ ਜੀ, ਇਹ ਛੋਟਾ ਭਾਈ ਉਹਨਾਂ ਦੇ, ਬਿਲਕੁਲ ਸੇਮ ਇਹਨਾਂ ਦੇ, ਹੈ ਬਹੁਤ ਲਾਜਵਾਬ। ਪੂਰਾ ਖੋਲੋ ਜੀ ਕੁੰਦਾ, ਤੁਹਾਨੂੰ ਫਿਰ ਮਜ਼ਾ ਆਏਗਾ।
ਤੇ ਇਹਨੂੰ ਹਾਂ ਇੱਧਰ ਨੂੰ ਕਰੋ ਸ਼ੀਲ ਥੋੜ੍ਹੀ ਇੱਥੇ ਕਰੋ ਇੱਥੇ ਕਰੋ ਹਾਂਜੀ ਲਓ ਜਨਾਬ ਇਹ ਬਗਲ ਕਿੰਨੀ ਇਸ ਤੋਂ ਬਾਹਰ ਹੈਗੀ ਹਾਂਜੀ ਇਹਨੂੰ ਕਹਿੰਦੇ ਨੇ 20 ਤੇ 20 ਪਰ ਲਾਜਵਾਬ ਲਓ ਜੀ ਮਜ਼ਾਕ ਸ਼ੌਕ ਵਾਲਿਆਂ ਨੂੰ ਦੱਸਣ ਦੀ ਜ਼ਰੂਰਤ ਕੋਈ ਨਹੀਂ ਇਸ ਕਬੂਤਰ ਨੂੰ ਕੀ ਬਾਤ ਹੈ ਜਿਨ੍ਹਾਂ ਨੇ ਪਰਵਾਦਾਂ ਲੈਣੀਆਂ ਉਹਨਾਂ ਨੂੰ ਹੁਣ ਇਹਨਾਂ ਦੀ ਦਿੱਤ ਤੋਂ ਬਗੈਰ ਸਰਨਾ ਨਹੀਂ ਹੈ ਪੱਟੀਆਂ ਦੇਖੋ ਇਹਨਾਂ ਦੀਆਂ ਕਿੰਨੀਆਂ ਬਰੀਕ ਬਰੀਕ ਪੱਟੀਆਂ ਮੈਂ ਜੀ ਸਾਰੇ ਵੇਖੇ ਨੇ ਇਹਨਾਂ ਦੀਆਂ ਅੱਖਾਂ ਵੀ ਦਿਖਾਓ ਜੀ ਆਪਣਾ ਚਿਸ਼ਤੀ ਸਾਹਿਬ ਇਹਨਾਂ ਦੇ ਅੱਖ ਦਿਖਾਓ ਜੀ ਬਲੱਡ ਹਰ ਚੀਜ਼ ਦਾ ਲਮਾਲ ਹੈ ਜੀ ਦੋਸਤੋ ਡੱਬ ਵਾਲਿਆਂ ਦਾ ਸ਼ੌਕ ਹੋ ਰਿਹਾ ਜੀ ਇਸ ਟਾਈਮ ਜੀ ਔਰ ਲਾਜਵਾਬ ਡੱਬ ਵਾਲੇ ਇਹਨਾਂ ਦੇ ਤਾਂ ਕਮੱਗਰ ਵੀ ਨਾਲ ਸ਼ਾਮਲ ਲੱਗਦੇ ਆ ਮੈਨੂੰ ਚਿਸ਼ਤੀ ਸਾਹਿਬ ਕਮੱਗਰ ਵੀ ਪਾਏ ਹੈਗੇ ਸੀ ਵਿੱਚ ਇਹਨਾਂ ਦੇ ਠੀਕ ਹੈ ਜੀ ਤੁਹਾਡਾ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਆਲਾ ਜੀ ਮਾਸ਼ਾਅੱਲਾ ਇਹ ਚੀ ਤੁਹਾਡੇ ਕਮੱਗਰ ਹੈ ਨਾ ਜੀ ਹੈ ਜੀ ਹੈ ਬਿਲਕੁਲ ਆ ਦੇਖੋ ਪੰਜੇ ਬਿਲਕੁਲ ਖੁਸ਼ਕ ਪੰਜੇ ਔਰ ਜਾਮਨੂ ਪੰਜੇ ਬਹੁਤ ਆਲਾ ਜੀ ਮਾਸ਼ਾਅੱਲਾ ਕੀ ਬਾਤ ਤਾਰਕ ਭਾਈ ਜੀ ਬਹੁਤ ਮਿਹਨਤ ਕਰਦੇ ਪਏ ਨੇ ਜੀ ਮਾਸ਼ਾਅੱਲਾ ਛਾਤਰ ਜੀ ਅੱਲਾ ਪਾਕ ਇਹਨਾਂ ਨੂੰ ਹੋਰ ਇਸਤਾਂ ਦੇ ਜੀ ਹੋਰ ਕਿਹੜਾ ਜੀ ਹੁੰਦਾ ਘੋੜੇ ਵੀ ਆਏ ਜੀ ਹਾਂਜੀ ਜੀ ਮੈਨੂੰ ਤਾਂ ਕਬੂਤਰ ਲੱਗਦਾ ਪਿਆ ਚੀਜ਼ ਦਾ ਤੁਸੀਂ ਘੋੜਾ ਕਹਿ ਰਹੇ ਹੋ ਇਹਨੂੰ ਬਸ ਇਹਨਾਂ ਦਾ ਨਾਮ ਘੋੜਾ ਅੱਛਾ ਨਾ ਘੋੜਾ ਜੀ ਲਓ ਦੇਖੋ ਜੀ ਦੇਖੋ ਕਿਤੇ ਛਾਲਾ ਹੀ ਨਾ ਮਾਰਦੇ ਘੋੜਾ ਲਓ ਜਨਾਬ ਘੋੜਿਆਂ ਦਾ ਵੀ ਕਰੋ ਸ਼ੌਕ ਜੀ ਇਹ ਚੀਜ਼ ਸਾਹਿਬ ਇੱਧਰ ਇੱਧਰ ਕਰੋ ਇੱਥੇ ਹਾਂ ਇੱਥੇ ਆਹ ਜ਼ਬਰਦਸਤ ਜੀ ਇੱਥੇ ਮਜ਼ਾ ਆਏਗਾ ਪੂਰਾ ਇਹਦਾ ਵਿਊ ਪੂਰਾ ਬਣੇਗਾ ਹੋਰ ਖੋਲੋ ਥੋੜ੍ਹੀ ਬਗਲ ਦਿਖਾਓ ਇਹਨਾਂ ਨੂੰ ਦੋਸਤਾਂ ਨੂੰ ਕੀ ਬਾਤ ਹੈ ਬਹੁਤ ਆਲਾ ਜੀ ਮਾਸ਼ਾਅੱਲਾ ਬਹੁਤ ਆਲਾ ਜੀ ਲਓ ਜੀ ਦਿਖਾਓ ਜਨਾਬ ਇਹਦੀ ਅੱਖ ਤਾਂ ਜ਼ਰੂਰ ਦਿਖਾਵਾਂਗੇ ਜੀ ਅੱਛਾ ਏਰੀਏ 'ਚ ਘੋੜਿਆਂ 'ਚ ਕੀ ਸ਼ਾਮਿਲ ਕੀਤਾ ਜੀ ਜਨਾਬ ਤੁਸੀਂ ਨਾਲ ਸ਼ਿਕਰੇ ਲਾਇਆ ਘੋੜੇ ਅੱਛਾ ਜੀ ਘੋੜਾ ਅਤੇ ਸ਼ਿਕਰੇ ਦਾ ਇਸਤੇਮਾਲ ਕੀਤਾ ਜੀ ਜ਼ਬਰਦਸਤ ਕੀ ਬਾਤ ਹੈ ਇਹ ਬਹੁਤ ਖਾਸ ਚੀਜ਼ ਆ ਜਿਹਨਾਂ ਦੋਸਤਾਂ ਨੇ ਅੱਖ ਦੇਖੀ ਹੋਏਗੀ ਨਾ ਹੁਣ ਉਹ ਇਮੈਜਿਨ ਕਰ ਸਕਦੇ ਕਿ ਕਿੱਦਾਂ ਦਾ ਹੋਏਗਾ ਜੀ ਕੋਈ ਬਾਤ ਨਹੀਂ ਬਹੁਤ ਆਲਾ ਜੀ ਮਾਸ਼ਾਅੱਲਾ ਠੀਕ ਹੋਗਾ ਜੀ ਚਿਤਾ ਬਹੁਤ ਸ਼ੁਕਰੀਆ ਲਓ ਜੀ ਦੋਸਤ ਮਾਸ਼ਾਅੱਲਾ ਮਹਿਬ ਨੇ ਜੀ ਜ਼ਬਰਦਸਤ ਸ਼ੌਕ ਹੋ ਰਿਹਾ ਸਾਡਾ ਜੀ ਨੁੱਕਰ ਵਾਲੇ ਜੀ ਨਹੀਂ ਆ ਦੇ ਨਾਲ ਦੇ ਜੇ ਹੈ ਜੇ ਚੋ ਕੱਢਣਾ ਉਹਦੇ ਵਿੱਚ ਛੱਡਣਾ ਇਹ ਤੋਰ ਲੈ ਜੇ ਐਵੜੇ ਲੈ ਕੇ ਹੁਣ ਹਾਂਜੀ ਆ ਮਾਦੀ ਇਹ ਮਾਦੀ ਦਾ ਸ਼ੌਕ ਹੋ ਚੁੱਕਿਆ ਅੱਗੇ ਸਾਰੀਆਂ ਪਰਿਵਾਰ ਸ਼ਾਮ ਤੋਂ ਟਾਈਮ ਤੋਂ ਬਾਹਰ ਹੀ ਹੋਈ ਅੱਛਾ ਟਾਈਮ ਆਊਟ ਜਿਹਨੇ ਕੀਤਾ ਸੀ ਇਹ ਮਾਦੀ ਜਿਹੜੀ ਹਾਂਜੀ ਲਓ ਜੀ ਇਸੇ ਸੀਜ਼ਨ 'ਚ ਇਸ ਕਬੂਤਰੀ ਦਾ ਟਾਈਮ ਹੀ ਪੂਰਾ ਨਹੀਂ ਸੀ ਹੋਇਆ ਜੀ ਤੁਸੀਂ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਸ਼ਾਮ ਨੂੰ ਬੈਠ ਸਕਦੀ ਕਿ ਨਹੀਂ ਬੈਠ ਸਕਦੀ ਨਹੀਂ ਠੀਕ ਸੀ ਉੱਥੇ ਵੀ ਹਾਂਜੀ ਠੀਕ ਹੈ ਹਾਂਜੀ ਬਿੱਲ ਹਾਂ ਇਹ ਤਾਂ ਦੱਸਣ ਦੀ ਜ਼ਰੂਰਤ ਹੀ ਕੋਈ ਨਹੀਂ ਕਿ ਇਹ ਉੱਠ ਸਕਦੀ ਨਹੀਂ ਉੱਠ ਸਕਦੀ ਕਿਆ ਬਾਤ ਹੈ ਬੜਾ ਮਜ਼ਾ ਕਿਆ ਬਾਤ ਆ ਜੀ ਦਿਖਾਓ ਜਿਹੜਾ ਜੀ ਇਹ ਦੇਖਾ ਖੁਆ ਦਿਖਾਓ ਜੀ ਲਓ ਜੀ ਇੱਕ ਆਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਕੀ ਬਾਤ ਹੈ ਬਹੁਤ ਆਲਾ ਜੀ ਲਓ ਜੀ ਪੰਜ ਇਹ ਕਿੰਨੇ ਨੰਬਰ ਹੈ ਜੀ ਇਹ ਕਿੰਨੇ ਨੰਬਰ ਮਾਦੀ ਆ 36 ਨੰਬਰ ਨਹੀਂ 36 ਨੰਬਰ ਮਾਦੀ ਹੈ ਜੀ 36 ਨੰਬਰ ਵੀ ਤੁਹਾਡੇ ਬਹੁਤ ਉੱਡਦੇ ਨੇ ਜੀ ਹਾਂਜੀ ਬਹੁਤ ਜ਼ਬਰਦਸਤ ਜੀ ਮਾਸ਼ਾਅੱਲਾ ਲਓ ਦੋਸਤੋ ਆਲਰੇਡੀ ਬੈਠੀ ਹੈ ਜਦੋਂ ਬੈਠੀ ਹਾਂਜੀ ਅੱਛਾ ਇਹ ਮੀ ਸਭ ਕਿਹੜੀ ਹੈ ਜੀ ਅੱਛਾ ਅਸਲ 'ਚ ਤਾਰਕ ਨੂੰ ਜ਼ਿਆਦਾ ਇਨਵੋਲਵਮੈਂਟ ਹੈ ਦੋਸਤੋ ਮੀਆਂ ਸਾਹਿਬ ਵੀ ਇੰਨਾ ਡੀਪਲੀ ਨਹੀਂ ਦੇਖਦੇ ਜਿਸ ਤਰ੍ਹਾਂ ਕਿ ਤਾਰਕ ਕਿਉਂਕਿ ਜ਼ਿਆਦਾ ਮਿਹਨਤ ਕਰਦੀ ਹੁੰਦੀ ਤਾਰਕ ਨੇ ਉਹ ਜ਼ਿਆਦਾ ਦੇਰ ਬੈਠਦੇ ਆ ਜੀ ਇੱਥੇ 5 ਨੰਬਰ ਹਾਂਜੀ ਇੱਥੇ ਠੀਕ ਹੈ ਜੀ ਹਾਂ ਠੀਕ ਹੈ ਬਿਹਤਰੀ ਵਿਊ ਪੂਰਾ ਆਵੇ ਨਾ ਉਹਦਾ ਠੀਕ ਹੋ ਗਿਆ ਜ਼ਬਰਦਸਤ ਕੀ ਬਾਤ ਬਹੁਤ ਆਲਾ ਮਾਸ਼ਾਅੱਲਾ ਦੋਸਤੋ ਹਾਂਗਕਾਂਗ ਛੱਤ ਤੋਂ ਲਾਈਵ ਹੋ ਜੀ ਇਸ ਟਾਈਮ ਜੱਦੀ ਮਲਕ ਦੇ ਨਾਲ ਤੁਸੀਂ ਅਤੇ ਜ਼ਬਰਦਸਤ ਸ਼ੌਕ ਦਾ ਸਿਲਸਿਲਾ ਜਾਰੀ ਹੈ ਜੀ ਹਾਂਗਕਾਂਗ ਛੱਤ ਦੇ ਬਿਹਤਰੀਨ ਅਤੇ ਵਿਨਰ ਕਬੂਤਰ ਜਿਹੜੇ ਬਹੁਤ ਉੱਡੇ ਨੇ ਉਹ ਤੁਸੀਂ ਇਸ ਟਾਈਮ ਉਹਨਾਂ ਦਾ ਜ਼ੌਕ ਸ਼ੌਕ ਕਰਦੇ ਪਏ ਹੋ ਜੀ ਜਿਹੜੇ ਜਿਹੜੇ ਦੋਸਤ ਨਾਲ ਨੇ ਮੇਰੇ ਬਹੁਤ ਸ਼ੁਕਰੀਆ ਜੀ ਉਹਨਾਂ ਦਾ ਮੈਂ ਵੀ ਸ਼ੁਕਰਗੁਜ਼ਾਰ ਹਾਂ ਜੀ ਜੀ ਆਗਾ ਬਾਈ ਕਹਿ ਰਹੇ ਕਿ ਤੁਹਾਡੇ ਕਬੂਤਰ ਬਹੁਤ ਅੱਛੇ ਹੈ ਜੀ ਮੀਆਂ ਸਾਹਿਬ
ਤੁਹਾਡੀ ਮਿਹਰਬਾਨੀ ਜੀ ਉਹਨਾਂ ਦੀ ਜੀ। ਹਾਂਜੀ ਇਹ ਹੁਣ ਆਪਣਾ ਕੰਮ ਨਜ਼ਦੀਕ ਆ ਜੀ, ਵਾਇੰਡ ਅਪ ਕਰੀਏ ਜੀ ਇਹਨਾਂ ਸੋਚਿਆ ਜੀ। ਜੀ ਦੋਸਤੋ ਸਿਲਸਿਲਾ ਜਿਹੜਾ ਇਹਨੂੰ ਕੰਟੀਨਿਊ ਬਾਅਦ 'ਚ ਥੋੜ੍ਹੀ ਦੇਰ ਬਾਅਦ ਕਰਾਂਗੇ, ਅਤੇ ਮੈਂ ਚਾਹੁੰਦਾ ਕਿ ਇਹਦੇ 'ਚ ਨਾ ਦੋਸਤ ਤਕਰੀਬਨ ਸਾਰੇ ਤਸ਼ੀਫ ਲੈ ਆਏ ਨੇ, ਅਤੇ ਹਾਂਗਕਾਂਗ ਚੱਤ ਤੋਂ ਮੈਂ ਤੁਹਾਡੇ ਨਾਲ ਲਾਈਵ ਸੀਗਾ, ਅੱਛਾ ਸ਼ੌਕ ਹੋਇਆ, ਬੜਾ ਮਜ਼ਾ ਆਇਆ। ਜਿਹੜੇ ਜਿਹੜੇ ਦੋਸਤ ਨਾਲ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਜੀ, ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਨਾਲ ਜਲਦੀ ਲਾਈਵ ਆਵਾਂ। ਹੁਣ ਬਕਾਇਦਾ ਰਸਮੇ ਖਿਲਾਫ ਜਿਹੜੀ ਉਹ ਜਦੋਂ ਆਉਂਦੀ ਅਤੇ ਫਿਰ ਤੁਹਾਡੇ ਨਾਲ ਲਾਈਵ ਨੇ। ਅੱਲਾ ਹਾਫਿਜ਼।